ਸਤ ਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ 5 ਅਕਤੂਬਰ ਹੈ ਦਿਨ ਵੀਰਵਾਰ ਹੈ ਨਾਨਕ ਸ਼ਾਹੀ ਸੰਮਤ 555 ਦੇ ਮੁਤਾਬਿਕ ਅੱਜ 1980 ਹੋ ਗਿਆ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਨੂੰ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਦੱਸ ਦਿੰਨੇ ਆ ਸਭ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਤਾਜ਼ਾ ਜਾਣਕਾਰੀ ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਦਾ ਮੌਸਮ 10 ਅਕਤੂਬਰ ਤੱਕ ਇਸੇ ਤਰ੍ਹਾਂ ਦਾ ਬਣਿਆ ਰਹੇਗਾ ਹਾਲਾਂਕਿ 9 ਅਕਤੂਬਰ ਨੂੰ ਹਮਸ ਦੀ ਸੰਭਾਵਨਾ ਹੈ ਪੂਰੇ ਪੰਜਾਬ ਦੇ ਵਿੱਚ ਹਮਸ ਦੀ ਭਵਿੱਖਬਾਣੀ ਜਾਰੀ ਕੀਤੀ ਗਈ ਹੈ ਹਾਲਾਂਕਿ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਇਸੇ ਤਰ੍ਹਾਂ ਹਰਿਆਣਾ ਦੇ ਵਿੱਚ 20 ਕੁਝ ਇਲਾਕਿਆਂ ਦੇ ਵਿੱਚ ਹਮਸ ਦੀ ਭਵਿੱਖਬਾਣੀ ਕੀਤੀ ਗਈ ਹੈ ਪਰ ਮੀਂਹ ਦੀ ਸੰਭਾਵਨਾ ਇੱਥੇ ਵੀ ਨਹੀਂ ਹੈ ਪੰਜਾਬ ਹਰਿਆਣਾ ਚੰਡੀਗੜ੍ਹ ਕਿਤੇ ਵੀ ਮੀਂਹ ਦੀ ਸੰਭਾਵਨਾ ਨਹੀਂ ਹੈ ਮੌਸਮ ਆਮ ਵਾਂਗੂ ਖੁਸ਼ਕ ਹੀ ਰਹੇਗਾ ਹਾਲਾਂਕਿ ਮੌਸਮ ਕਾਫੀ ਬਦਲ ਗਿਆ ਹੈ ਗਰਮੀ ਦੇ ਦਿਨ ਨਿਕਲ ਗਏ ਨੇ ਹੁਣ ਠੰਡ ਦੇ ਦਿਨ ਆਉਣੇ ਸ਼ੁਰੂ ਹੋ ਜਾਣਗੇ ਤੇ ਇਹ ਗਰਮੀ ਤੇ ਠੰਡ ਦੇ ਵਿੱਚ ਵਿਚਾਲੇ ਵਾਲਾ ਮੌਸਮ ਬੜਾ ਹੀ ਸੁਹਾਵਣਾ ਹੁੰਦਾ ਹੈ ਉਹ ਮੌਸਮ ਇਸ ਵਕਤ ਬਣਿਆ ਹੋਇਆ ਤੇ ਮੌਸਮ ਦਾ ਇਹ ਮਜਾਜ ਪੱਕਦੀਆਂ ਫਸਲਾਂ ਦੇ ਲਈ ਵੀ ਕਾਫੀ ਲਾਹੇਵੰਦ ਹੁੰਦਾ ਹੈ ਝੋਨੇ ਦੀ ਫਸਲ ਮੰਡੀਆਂ ਦੇ ਵਿੱਚ ਪਹੁੰਚਣੀ ਸ਼ੁਰੂ ਹੋ ਗਈ ਹੈ ਤੇ ਜੇ ਮੌਸਮ ਇਸੇ ਤਰ੍ਹਾਂ ਦਾ ਰਿਹਾ ਤਾਂ ਐਤਕੀ ਕਿਸਾਨਾਂ ਨੂੰ ਵਧੀਆ ਝਾੜ ਮਿਲੂਗਾ ਨਹੀਂ ਤਾਂ ਜਦੋਂ ਮੀਂਹ ਪੈ ਜਾਵੇ ਤਾਂ ਹਰ ਤਰ੍ਹਾਂ ਦੀ ਫਸਲ ਨੂੰ ਨੁਕਸਾਨ ਹੁੰਦਾ ਚਾਹੇ ਨਰਮਾ ਹੋਵੇ ਤੇ ਚਾਹੇ ਝੋਨਾ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਸੈਂਟਰ ਸਰਕਾਰ ਨੇ ਉਜਵਲਾ ਯੋਜਨਾ ਤਹਿਤ ਸਬਸਿਡੀ ਵਧਾ ਕੇ 300 ਰੁਪਏ ਕਰ ਦਿੱਤੀ ਹੈ ਯਾਨੀ ਕਿ ਉਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ LPG ਸਿਲੰਡਰ ਤੇ ਜਿਹੜੀ ਸਬਸਿਡੀ 200 ਰੁਪਏ ਦਿੱਤੀ ਜਾਂਦੀ ਸੀ ਉਹਨੂੰ ਵਧਾ ਕੇ ਹੁਣ 300 ਰੁਪਏ ਕਰ ਦਿੱਤਾ ਹੈ ਤੇ ਇਹ ਸਬਸਿਡੀ ਸਾਲ ਦੇ ਵਿੱਚ 12 ਐਲਪੀਜੀ ਸਿਲੰਡਰਾਂ ਤੇ ਮਿਲੇਗੀ ਅਤੇ ਸਿਰਫ ਤੇ ਸਿਰਫ ਉਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਮਿਲੇਗੀ। ਦੂਜੇ ਪਾਸੇ ਕਾਂਗਰਸ ਨੇ ਭੂਖਬਾਣੀ ਕੀਤੀ ਹੈ ਕਿ ਜਿਹੜੇ ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ, ਉਹਨਾਂ ਚੋਣਾਂ ਤੋਂ ਬਾਅਦ ਸੈਂਟਰ ਸਰਕਾਰ ਫੇਰ ਗੈਸ ਸਿਲੰਡਰਾਂ ਦੇ ਭਾਅ ਵਧਾ ਦੇਵੇਗੀ। ਪੰਜਾਬ ਦੇ ਸਕੂਲੀ ਵਿਦਿਆਰਥੀਆਂ ਦੇ ਲਈ ਇੱਕ ਅਹਿਮ ਖਬਰ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਵਿੱਚ ਇੱਕ ਨਵੇਕਲੀ ਪਹਿਲ ਕਦਮੀ ਕਰਦਿਆਂ ਸਰਕਾਰੀ ਸਕੂਲਾਂ ਵਾਸਤੇ 1378 ਸੁਰੱਖਿਆ ਗਾਰਡਾਂ ਦੀ ਨਿਯੁਕਤੀ ਕੀਤੀ ਹੈ। ਸ਼ਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ 500 ਤੋਂ ਵੱਧ ਵਿਦਿਆਰਥੀਆਂ ਦੀ ਗਿਣਤੀ ਵਾਲੇ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਸੁਰੱਖਿਆ ਗਾਰਡ ਤਾਇਨਾਤ ਕੀਤੇ ਜਾਣਗੇ ਤੇ ਇਹ ਯਕੀਨੀ ਬਣਾਉਣਗੇ ਕਿ ਸਕੂਲ ਸਮੇਂ ਦੌਰਾਨ ਕੋਈ ਵੀ ਵਿਦਿਆਰਥੀ ਪ੍ਰਿੰਸੀਪਲ ਦੀ ਇਜਾਜ਼ਤ ਤੋਂ ਬਿਨਾਂ ਸਕੂਲ ਤੋਂ ਬਾਹਰ ਨਾ ਜਾ ਸਕੇ ਤੇ ਸਕੂਲ 'ਚ ਆਉਣ ਜਾਣ ਵਾਲਿਆਂ ਦਾ ਰਿਕਾਰਡ ਵੀ ਰੱਖਿਆ ਜਾਵੇਗਾ। ਲੁਧਿਆਣਾ ਦੇ ਵਿੱਚ ਸਥਾਨਕ ਸਰਕਾਰੀ ਮੈਰਿਟੋਰੀਅਸ ਸਕੂਲ ਦੇ ਵਿੱਚ ਸੁਰੱਖਿਆ ਗਾਰਡਾਂ ਦੇ ਓਰੀਐਂਟੇਸ਼ਨ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਸਿੱਖਿਆ ਮੰਤਰੀ ਨੇ ਦੱਸਿਆ ਕਿ ਸੂਬੇ ਦੇ ਸਿੱਖਿਆ ਖੇਤਰ ਦੀ ਕਾਇਆਕਲਪ ਕਰਨ ਦੇ ਲਈ ਸਰਕਾਰ ਦੇ ਵੱਲੋਂ ਇਹ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਇਸੇ ਤਹਿਤ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਦੀ ਲਗਭਗ 1018 ਕਿਲੋਮੀਟਰ ਲੰਬੀ ਚਾਰਦواری ਦੇ ਲਈ 250 ਕਰੋੜ ਰੁਪਏ ਖਰਚ ਕੀਤੇ ਜਾਣਗੇ। 2000 ਦੇ ਕਰੀਬ ਕੈਂਪਸ ਮੈਨੇਜਰਾਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ ਜੋ ਸਕੂਲਾਂ ਦੀਆਂ ਇਮਾਰਤਾਂ ਦੀ ਸਾਮ ਸੰਭਾਲ ਦਾ ਜਿੰਮਾ ਸੰਭਾਲਣਗੇ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਹੀ ਸਕੂਲਾਂ ਨੂੰ ਸਫਾਈ ਕਾਰਜਾਂ ਦੇ ਲਈ ਫੰਡ ਜਾਰੀ ਕੀਤੇ ਗਏ ਨੇ ਜੋ ਸਕੂਲ ਦੀਆਂ ਇਮਾਰਤਾਂ ਨੂੰ ਸਾਫ਼ ਰੱਖਣ ਦੇ ਲਈ ਖਰਚੇ ਜਾਣਗੇ ਕਹਿੰਦੇ ਇਹ ਫੰਡ 3000 ਤੋਂ ਲੈ ਕੇ 50000 ਰੁਪਏ ਪ੍ਰਤੀ ਮਹੀਨਾ ਵਿਦਿਆਰਥੀਆਂ ਦੀ ਗਿਣਤੀ ਦੇ ਹਿਸਾਬ ਨਾਲ ਸਕੂਲਾਂ ਨੂੰ ਜਾਰੀ ਕੀਤੇ ਜਾਣਗੇ ਸੋ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਬੱਚੇ ਇਹ ਧਿਆਨ ਰੱਖਣ ਕਿ ਪ੍ਰਿੰਸੀਪਲ ਦੀ ਇਜਾਜ਼ਤ ਤੋਂ ਬਿਨਾਂ ਤੁਸੀਂ ਹੁਣ ਸਕੂਲਾਂ ਬਾਹਰ ਨਹੀਂ ਜਾ ਸਕੋਗੇ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਐਮਪੀ ਰਾਹੁਲ ਗਾਂਧੀ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ 2 ਦਿਨਾਂ ਦੌਰੇ ਤੋਂ ਬਾਅਦ ਦਿੱਲੀ ਪਰਤ ਗਏ ਨੇ 2 ਅਕਤੂਬਰ ਨੂੰ ਗੁਰੂ ਕੀ ਨਗਰੀ ਪਹੁੰਚੇ ਰਾਹੁਲ ਗਾਂਧੀ 2 ਅਤੇ 3 ਅਕਤੂਬਰ ਦੀਆਂ ਰਾਤਾਂ ਗੁਰੂ ਕੀ ਨਗਰੀ ਅੰਮ੍ਰਿਤਸਰ 'ਚ ਹੀ ਰਹੇ ਤੇ ਕੱਲ 4 ਅਕਤੂਬਰ ਤੜਕੇ-ਤੜਕੇ ਵਾਪਸ ਦਿੱਲੀ ਪਰਤ ਗਏ ਕਿਹਾ ਜਾ ਰਿਹਾ ਸੀ ਕਿ ਕੱਲ ਵੀ ਤੜਕੇ ਰਾਹੁਲ ਗਾਂਧੀ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਉਣਗੇ ਪਰ ਉਹ ਸਿੱਧਾ ਹਵਾਈ ਅੱਡੇ ਰਾਹੀਂ ਵਾਪਸ ਆਪਣੇ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਨੂੰ ਚਲੇ ਗਏ ਰਾਹੁਲ ਗਾਂਧੀ ਨੇ ਇਸ ਦੌਰੇ ਨੂੰ ਬਿਲਕੁਲ ਆਪਣਾ ਨਿੱਜੀ ਦੌਰਾ ਦੱਸਿਆ ਸੀ ਇਸੇ ਕਰਕੇ ਨਾ ਹੀ ਤਾਂ 에어ਪੋਰਟ ਤੇ ਆਉਂਦਿਆਂ ਸਮੇਂ ਉਹਨਾਂ ਦਾ ਸਵਾਗਤ ਕਰਨ ਪਹੁੰਚਿਆ ਤੇ ਨਾ ਹੀ ਉਹਨਾਂ ਨੂੰ ਜਾਂਦੇ ਸਮੇਂ ਕੋਈ ਤੋਰਨ ਦੇ ਲਈ ਗਿਆ ਰਾਹੁਲ ਨੇ মিডিਆ ਨਾਲ ਵੀ ਕੋਈ ਗੱਲਬਾਤ ਨਹੀਂ ਕੀਤੀ ਦਰਸ਼ਨਾਂ ਦੇ ਵਿੱਚ ਅਤੇ ਸੇਵਾ ਦੇ ਵਿੱਚ ਹੀ ਆਪਣੇ ਦੋ ਦਿਨ ਬਤਾਏ ਪੰਜਾਬ ਦੇ ਕਾਂਗਰਸ ਲੀਡਰਾਂ ਨੂੰ ਪਹਿਲਾਂ ਹੀ ਇਸ ਦੌਰੇ ਤੋਂ ਦੂਰ ਰਹਿਣ ਦੀ ਹਦਾਇਤ ਕਰ ਦਿੱਤੀ ਗਈ ਸੀ ਕਿਉਂਕਿ ਇਹ ਕੋਈ ਸਿਆਸੀ ਦੌਰਾਰ ਨਹੀਂ ਸੀ ਦੂਸਰੇ ਪਾਸੇ ਸਿਆਸੀ ਹਲਕਿਆਂ ਦੇ ਵਿੱਚ ਇਹ ਚਰਚਾ ਹੈ ਮਾਹਿਰ ਵੀ ਇਹ ਮੰਨਦੇ ਨੇ ਕਿ ਰਾਹੁਲ ਗਾਂਧੀ ਵੱਲੋਂ ਇਹ ਦੌਰਾ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਕੀਤਾ ਗਿਆ ਹੈ ਇਹ ਦੌਰਾ ਦੇਸ਼ ਵਿਦੇਸ਼ ਤੋਂ ਸਿੱਖਾਂ ਦੀ ਹਮਦਰਦੀ ਹਾਸਲ ਕਰਨ ਦੀ ਯੋਜਨਾ ਦਾ ਹਿੱਸਾ ਵੀ ਕਿਹਾ ਜਾ ਰਿਹਾ ਹੈ ਜਿਦੇ ਨਾਲ ਆਉਂਦੀਆਂ ਚੋਣਾਂ ਦੇ ਵਿੱਚ ਕਾਂਗਰਸ ਨੂੰ ਲਾਭ ਮਿਲੇਗਾ ਤੇ ਭਾਰਤ ਕੈਨੇਡਾ ਵਿਵਾਦ ਦੇ ਦਰਮਿਆਨ ਜੋ ਸਿੱਖਾਂ ਦੀ ਸਾਖ ਮੀਡੀਆ ਦੇ ਵੱਡੇ ਹਿੱਸੇ ਵੱਲੋਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਸ ਨੂੰ ਵੀ ਕਿਤੇ ਨਾ ਕਿਤੇ ਰਾਹੁਲ ਗਾਂਧੀ ਦੀ ਫੇਰੀ ਨਾਲ ਖੋਰਾ ਲੱਗਿਆ ਹੈ ਯਾਨੀ ਕਿ ਉਹ ਜਿਹੜੀ ਸੋਚ ਨਫ਼ਰਤੀ ਸੋਚ ਉਪਜ ਰਹੀ ਸੀ ਉਸ ਨੂੰ ਕਿਤੇ ਨਾ ਕਿਤੇ ਠੱਲ ਜ਼ਰੂਰ ਪਈ ਹੈ ਇਸ ਦਰਮਿਆਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਬਿਆਨ ਆਇਆ ਸੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਦੀ ਸੇਵਾ ਨੂੰ ਪਛਤਾਪ ਨਹੀਂ ਕਿਹਾ ਜਾ ਸਕਦਾ ਰਾਹੁਲ ਗਾਂਧੀ ਨੂੰ ਸੇਵਾ ਦਾ ਫਲ ਉਦੋਂ ਤੱਕ ਨਹੀਂ ਮਿਲੇਗਾ ਜਦੋਂ ਤੱਕ ਉਹ ਆਪਣੀ ਦਾਦੀ ਅਤੇ ਪਿਤਾ ਦੇ ਵੱਲੋਂ ਜੋ ਸਾਜਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਗਿਆ ਸੀ ਫਿਰ 84 ਦੇ ਵਿੱਚ ਜਿਵੇਂ ਸਿੱਖਾਂ ਨੂੰ ਖਤਮ ਕੀਤਾ ਗਿਆ ਸੀ ਉਹਨਾਂ ਦੇ ਲਈ ਜਦੋਂ ਤੱਕ ਗਾਂਧੀ ਪਰਿਵਾਰ ਮਾਫੀ ਨਹੀਂ ਮੰਨੇਗਾ ਉਦੋਂ ਤੱਕ ਸੇਵਾ ਨੂੰ ਫਲ ਨਹੀਂ ਲੱਗੂਗਾ ਹਾਲਾਂਕਿ ਗੁਰਚਰਨ ਸਿੰਘ ਗਰੀਵਾਲ ਨੇ ਇਹ ਵੀ ਕਿਹਾ ਸੀ ਕਿ ਰਾਹੁਲ ਗਾਂਧੀ 2 ਦਿਨ ਹਰਮੰਦਰ ਸਾਹਿਬ ਰਹੇ ਨੇ ਦਰਬਾਰ ਸਾਹਿਬ ਰਹੇ ਨੇ ਸਿੱਖ ਕੌਮ ਨੇ ਪੂਰਾ ਸਹਿਯੋਗ ਦਿੱਤਾ ਹੈ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਭਾਵੇਂ ਉਸ ਹਮਲੇ ਦੇ ਜ਼ਖਮ ਸਿੱਖਾਂ ਦੇ ਮਨਾਂ ਦੇ ਵਿੱਚ ਹਰੇ ਨੇ ਪਰ ਉਸੇ ਪਰਿਵਾਰ ਦਾ ਇੱਕ ਜੀ ਜਦੋਂ ਇੱਥੇ ਪਹੁੰਚਿਆ ਹੈ ਕੱਲਾ ਪਹੁੰਚਿਆ ਤਾਂ ਸਿੱਖਾਂ ਨੇ ਖੁੱਲ੍ਹ ਦੇ ਲਈ ਦਿਖਾਈ ਹੈ ਪੂਰੀ ਸ਼ਾਂਤੀ ਦੇ ਵਿੱਚ ਪੂਰੀ ਅਧਿਆਤਮਿਕਤਾ ਦੇ ਵਿੱਚ ਰਾਹੁਲ ਗਾਂਧੀ ਸੇਵਾ ਕਰਕੇ ਗਏ ਨੇ ਇਸ ਤੋਂ ਪਤਾ ਲੱਗਦਾ ਹੈ ਕਿ ਸਿੱਖਾਂ ਦੀ ਕੌਮ ਜ਼ਿੰਦਾਦਿਲ ਕੌਮ ਹੈ ਖੁੱਲੇ ਦਿਲ ਵਾਲੀ ਕੌਮ ਹੈ ਸ਼ਾਂਤੀ ਪਸੰਦ ਤੇ ਨਿਰਵੈਰ ਕੌਮ ਹੈ ਕੱਲ ਤੋਂ ਇੱਥੇ ਰਾਹੁਲ ਗਾਂਧੀ ਸੇਵਾ ਵਿੱਚ ਆ ਤੇ ਕਿਸੇ ਸਿੱਖ ਨੇ ਜਾਂ ਕਿਸੇ ਅਧਿਕਾਰੀ ਨੇ ਜਾਂ ਕਿਸੇ ਮੁਲਾਜ਼ਮ ਨੇ ਕਿਸੇ ਨੇ ਵੀ ਉਹਨੂੰ ਇਹ ਗੱਲ ਨਹੀਂ ਕਹੀ ਕਿ ਤੂੰ ਕੌਣ ਹੈ ਇੱਕ ਗੱਲ ਤਾਂ ਇਹ ਬਹੁਤ ਵੱਡੀ ਆ ਸਿੱਖਾਂ ਨੂੰ ਸਾਡਾ ਅੱਜ ਦੇਸ਼ ਦੇ ਅੰਦਰ ਇੱਕ ਇੱਕ ਵਰਗ ਆ ਮੀਡੀਆ ਦਾ ਜਿਹੜਾ ਉਹਨਾਂ ਨੂੰ ਕੱਟੜ ਕਹਿੰਦਾ ਵਾ ਵਿਰੋਧੀ ਕਹਿੰਦਾ ਵਾ ਕਦੇ ਵੱਖਵਾਦੀ ਕਹਿੰਦਾ ਵਾ ਅੱਜ ਉਹਨਾਂ ਦੇ ਮੈਂ ਕਹਿ ਦਵਾ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਤੁਸੀਂ ਮੀਡੀਆ ਨਾਲ ਕਿ ਉਹਨਾਂ ਦੇ ਮੂੰਹ ਤੇ ਇਸ ਗੱਲ ਦੀ ਚਪੇੜ ਹੈ ਕਿ ਜਿਹੜਾ ਸਿੱਖ ਹੈ ਉਹ ਕੱਟੜ ਜਾਂ ਕਿਸੇ ਦਾ ਦੋਖੀ ਜਾਂ ਵਿਰੋਧੀ ਨਹੀਂ ਹੈਗਾ ਸਿੱਖ ਨਿਰਪੈ ਆ ਅੱਜ ਦੀ ਗੱਲ ਦਾ ਫਲਸਫਾ ਇਸ ਗੱਲ ਦਾ ਸਬੂਤ ਆ SYL ਨੂੰ ਲੈ ਕੇ ਪੰਜਾਬ ਦੀ ਸਿਆਸਤ ਫੇਰ ਪੱਖ ਗਈ ਹੈ ਕਿਉਂਕਿ ਕੱਲ ਇਸ ਮਸਲੇ ਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਤੇ ਸੁਪਰੀਮ ਕੋਰਟ ਨੇ ਪੰਜਾਬ ਨੂੰ ਵੀ ਝਾੜ ਪਾਈ ਹੈ ਤੇ ਸੈਂਟਰ ਸਰਕਾਰ ਨੂੰ ਵੀ ਪੰਜਾਬ ਚ ਸਰਵੇ ਕਰਨ ਦੇ ਆਦੇਸ਼ ਦਿੱਤੇ ਨੇ ਸੁਪਰੀਮ ਕੋਰਟ ਨੇ ਸਤਲੁਜ-ਯਮਨਾ ਲਿੰਕ ਨਹਿਰ ਦੀ ਪੰਜਾਬ ਵਿਚਲੀ ਜ਼ਮੀਨ ਦੇ ਹਿੱਸੇ ਦਾ ਸਰਵੇ ਕਰਨ ਲਈ ਕਿਹਾ ਹੈ ਸੈਂਟਰ ਨੂੰ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜ਼ਮੀਨ ਸੁਰੱਖਿਅਤ ਹੈ ਨਾਲ ਹੀ ਪੰਜਾਬ ਸਰਕਾਰ ਨੂੰ ਸਰਵੇ ਦੇ ਕੰਮ ਵਿੱਚ ਸਹਿਯੋਗ ਕਰਨ ਦੀ ਹਦਾਇਤ ਵੀ ਕੀਤੀ ਹੈ ਤੇ ਇਹ ਵੀ ਹਦਾਇਤ ਕਰ ਦਿੱਤੀ ਹੈ ਕਿ ਸਰਵੇ ਟੀਮ ਜਿਹੜੀ ਪੰਜਾਬ ਚ ਆਏਗੀ ਉਸ ਦੀ ਸੁਰੱਖਿਆ ਯਕੀਨੀ ਬਣਾਉਣਾ ਵੀ ਪੰਜਾਬ ਸਰਕਾਰ ਦੀ ਹੀ ਜ਼ਿੰਮੇਵਾਰੀ ਹੋਵੇਗੀ ਸਪਰੀਮ ਕੋਰਟ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਪੰਜਾਬ ਸਰਕਾਰ ਇਸ ਮਸਲੇ ਤੇ ਸਿਆਸਤ ਨਾ ਕਰੇ ਕਿਉਂਕਿ ਸਰਕਾਰ ਕਾਨੂੰਨ ਤੋਂ ਉੱਤੇ ਨਹੀਂ ਹੈ ਕਹਿੰਦੇ ਸਾਨੂੰ ਕਿਸੇ ਸਖਤ ਹੁਕਮ ਦੇਣ ਦੇ ਲਈ ਪੰਜਾਬ ਸਰਕਾਰ ਮਜਬੂਰ ਨਾ ਕਰੇ ਮਾਮਲੇ ਦੀ ਅਗਲੀ ਸੁਣਵਾਈ ਜਨਵਰੀ 2024 ਵਿੱਚ ਹੋਵੇਗੀ ਹਾਲਾਂਕਿ ਪੰਜਾਬ ਦੀ ਕਾਨੂੰਨੀ ਟੀਮ ਨੇ ਸਿੱਖਰਲੀ ਅਦਾਲਤ ਦੇ ਵਿੱਚ ਵਿਰੋਧ ਕਰਦਿਆਂ ਕਿਹਾ ਕਿ ਇਸ ਵਕਤ ਸੂਬੇ ਦੇ ਵਿੱਚ ਨਹਿਰ ਦੇ ਲਈ ਨਾ ਜ਼ਮੀਨ ਹੈ ਨਾ ਹੀ ਵਾਧੂ ਪਾਣੀ ਹੈ ਨਰਦੀ ਉਸਾਰੀ ਦਾ ਤਾਂ ਕਹਿੰਦੇ ਸਵਾਲ ਹੀ ਪੈਦਾ ਨਹੀਂ ਹੁੰਦਾ ਜਦ ਕਿ ਸੁਪਰੀਮ ਕੋਰਟ ਦੇ ਬੈਂਚ ਨੇ ਕਿਹਾ ਕਿ ਮਾਮਲਾ ਹੁਣ ਆਖਰੀ ਪੜਾ ਤੇ ਪਹੁੰਚ ਚੁੱਕਿਆ ਤੇ ਤੁਹਾਨੂੰ ਕੁਝ ਕਦਮ ਚੁੱਕਣੇ ਹੀ ਪੈਣਗੇ ਤੇ ਅਸੀਂ ਵੀ ਇਸ ਮਸਲੇ ਦਾ ਹੱਲ ਚਾਹੁੰਦੇ ਹਾਂ ਸਰਕਾਰ ਨੇ ਦੱਸਿਆ ਕਿ ਐਸਵਾਈਐਲ ਵਾਲੀ ਜਿਹੜੀ ਜ਼ਮੀਨ ਸੀ ਉਹ ਤਾਂ ਪਹਿਲਾਂ ਹੀ ਪੰਜਾਬ ਸਰਕਾਰ ਕਿਸਾਨਾਂ ਨੂੰ ਵਾਪਸ ਕਰ ਚੁੱਕੀ ਹੈ ਤੇ ਉਹਨਾਂ ਤੋਂ ਮੁੜ ਤੋਂ ਜ਼ਮੀਨ ਲੈਣ ਦੀ ਪ੍ਰਕਿਰਿਆ ਕੋਈ ਸੌਖੀ ਗੱਲ ਨਹੀਂ ਹੈ ਦਰਅਸਲ 2016 ਦੇ ਵਿੱਚ ਜੋ ਸੁਪਰੀਮ ਕੋਰਟ ਨੇ ਐਸ ਵੀ ਐਲ ਤੇ ਫੈਸਲਾ ਪੰਜਾਬ ਦੇ ਵਿਰੁੱਧ ਸੁਣਾਇਆ ਸੀ ਤਾਂ ਵੀ ਅਕਾਲੀ ਭਾਜਪਾ ਦੀ ਸਰਕਾਰ ਨੇ ਦਾਅ ਖੇਡਿਆ ਸੀ ਸਰਕਾਰ ਨੇ ਕਿਸਾਨਾਂ ਨੂੰ ਜ਼ਮੀਨ ਵਾਪਸ ਕਰ ਦਿੱਤੀ ਸੀ ਤੇ ਇਸੇ ਗੱਲ ਨੂੰ ਹੁਣ ਮਾਨ ਸਰਕਾਰ ਨੇ ਆਧਾਰ ਬਣਾ ਕੇ ਸੁਪਰੀਮ ਕੋਰਟ 'ਚ ਪੇਸ਼ ਕੀਤਾ ਹੈ ਕੇਂਦਰ ਸਰਕਾਰ ਨੇ ਇਹ ਜਵਾਬ ਦਿੱਤਾ ਕਿ ਇਸ ਦਾ ਦੋਵੇਂ ਸੂਬਿਆਂ ਦੇ ਮੁੱਖ ਮੰਤਰੀਆਂ ਦੀਆਂ एसवाईएल ਨੂੰ ਲੈ ਕੇ ਮੀਟਿੰਗਾਂ ਕਰਵਾਈਆਂ ਨੇ ਪਰ ਕੋਈ ਨਤੀਜਾ ਨਹੀਂ ਨਿਕਲਿਆ ਜਿਸ ਤੋਂ ਬਾਅਦ ਅਦਾਲਤ ਨੇ ਸੈਂਟਰ ਨੂੰ ਕਿਹਾ ਕਿ ਤੁਸੀਂ ਇੱਕ ਵਾਰੀ ਫੇਰ ਮੀਟਿੰਗ ਦਾ ਇੰਤਜ਼ਾਮ ਕਰੋ ਵੇਖੋ ਕਿ ਮਸਲੇ ਦਾ ਹੱਲ ਕਿਵੇਂ ਨਿਕਲੂਗਾ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਵੀ ਇਸ ਮਾਮਲੇ 'ਚ ਆਪਣਾ ਰੁਖ ਸਾਫ਼ ਕਰਨ ਲਈ ਇੱਕ ਰਿਪੋਰਟ ਫਾਈਲ ਕਰਨ ਦੇ ਨਿਰਦੇਸ਼ ਦਿੱਤੇ ਨੇ ਜਦਕਿ ਹਰਿਆਣਾ ਨੇ ਅਦਾਲਤ ਨੂੰ ਦੱਸਿਆ ਕਿ ਉਹਨਾਂ ਦੇ ਵੱਲੋਂ ਐਸਵਾਈਐਲ ਨਹਿਰ ਦੀ ਉਸਾਰੀ ਦਾ ਕੰਮ ਹੋ ਚੁੱਕਿਆ ਪੰਜਾਬ ਦੇ ਵੱਲੋਂ ਹੀ ਨਹੀਂ ਸ਼ੁਰੂ ਹੋਇਆ ਤੇ ਜਾਣਬੁੱਝ ਕੇ ਇਹਨੂੰ ਟਾਲਮਟੋਲ ਕਰ ਰਹੇ ਨੇ ਸੁਇ ਸਾਰੀ ਅਦਾਲਤੀ ਕਾਰਵਾਈ ਦਾ ਪਤਾ ਲੱਗਣ ਤੇ ਪੰਜਾਬ ਦੇ ਵਿੱਚ ਸਿਆਸਤ ਪੂਰੀ ਤਰ੍ਹਾਂ ਦੇ ਨਾਲ ਭੱਖ ਗਈ ਹੈ ਸਭ ਤੋਂ ਪਹਿਲਾ ਪੰਜਾਬ ਬੀਜੇਪੀ ਦੇ ਪ੍ਰਧਾਨ ਦੀ ਗੱਲ ਕਰ ਲਈਏ ਜਿਨ੍ਹਾਂ ਦੀ ਹਰਿਆਣੇ ਦੇ ਵਿੱਚ ਸਰਕਾਰ ਹੈ ਯਾਨੀ ਕਿ ਬੀਜੇਪੀ ਦੀ ਹੀ ਹਰਿਆਣੇ ਵਿੱਚ ਸਰਕਾਰ ਹੈ ਤਾਂ ਵੀ ਸੁਨੀਲ ਜਾਖੜ ਨੇ ਇਸ ਮਸਲੇ ਤੇ ਵੱਡਾ ਬਿਆਨ ਦਿੱਤਾ ਹੈ ਪੰਜਾਬ ਦੇ ਹਿੱਤਾਂ ਵਿੱਚ ਦਿੱਤਾ ਹੈ ਕਹਿੰਦੇ ਪੰਜਾਬ ਕੋਲ ਦੇਣ ਲਈ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿਹੜਾ ਸਰਵੇ ਕਰਾਏ ਜਾਣ ਦਾ ਆਦੇਸ਼ ਦਿੱਤਾ ਸੁਪਰੀਮ ਕੋਰਟ ਨੇ ਉਹਦੇ ਤੇ ਕਿਹਾ ਕਿ ਪੰਜਾਬ 'ਚ ਸਰਵੇ ਕਰਾਏ ਜਾਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਨਹਿਰ ਬਾਰੇ ਕੋਈ ਵੀ ਚੁੱਕਿਆ ਕਦਮ ਪੰਜਾਬ ਨੂੰ ਮੁੜ ਤੋਂ ਅਤੀਤ ਵੱਲ ਲੈ ਜਾਊਗਾ ਤੇ ਪੰਜਾਬ ਕੋਲ ਕਿਸੇ ਨੂੰ ਦੇਣ ਲਈ ਵਾਧੂ ਪਾਣੀ ਵੀ ਨਹੀਂ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਇਸ ਮੁੱਦੇ ਤੇ ਸਰਪਾਰਟੀ ਮੀਟਿੰਗ ਮੁਲਾਇਆ ਜਾਣ ਦੀ ਮੰਗ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ ਤਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦਰਿਆਈ ਪਾਣੀਆਂ ਤੇ ਪੰਜਾਬ ਦੇ ਦਾਅਵਿਆਂ ਦੀ ਮੌਤ ਦੇ ਵਾਰੰਟਾਂ ਤੇ ਦਸਤਕਤ ਕਰ ਦਿੱਤੇ ਨੇ ਅਧਿਕਾਰਤ ਤੌਰ ਤੇ ਸੁਪਰੀਮ ਕੋਰਟ ਵਿੱਚ ਮੁੱਖ ਮੰਤਰੀ ਵਜੋਂ ਉਹਨਾਂ ਨੇ ਪੰਜਾਬ 'ਚ ਐਸਵਾਈਐਲ ਨਹਿਰ ਬਣਾਉਣ ਲਈ ਆਪਣੀ ਤਿਆਰੀ ਦਾ ਪ੍ਰਗਟਾਵਾ ਕੀਤਾ ਹੈ ਕਹਿੰਦੇ ਆਪ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਸਮਰਪਣ ਕਰਕੇ ਧੋਖਾ ਕੀਤਾ ਹੈ ਯਾਨੀ ਕਿ ਅਕਾਲੀ ਦਲ ਨੇ ਇਲਜ਼ਾਮ ਲਾਇਆ ਹੈ ਕਿ ਪੰਜਾਬ ਸਰਕਾਰ ਨੇ ਕੇਸ ਨੂੰ ਚੰਗੇ ਤਰੀਕੇ ਨਾਲ ਪੇਸ਼ ਨਹੀਂ ਕੀਤਾ ਜਦਕਿ ਇਲਜ਼ਾਮਾਂ ਦੇ ਘੇਰੇ ਵਿੱਚ ਘਿਰਿਆ ਆਮ ਆਦਮੀ ਪਾਰਟੀ ਵੀ ਇਹੀ ਕਹਿ ਰਹੀ ਹੈ ਕਿ ਅਸੀਂ ਕਿਸੇ ਨੂੰ ਇੱਕ ਬੂੰਦ ਵੀ ਬਾਦੂ ਪਾਣੀ ਨਹੀਂ ਦੇਵਾਂਗੇ ਨਾ ਹੀ ਸਾਡੇ ਕੋਲ ਦੇਣ ਲਈ ਪਾਣੀ ਹੈ ਆਮ ਆਦਮੀ ਪਾਰਟੀ ਦੇ ਪੰਜਾਬ ਚ ਮੁਖ ਬਲਾਰੇ ਮਾਲਵਿੰਦਰ ਸਿੰਘ ਕੰਗਨੇ ਕਿਹਾ ਕਿ ਪੰਜਾਬ ਚ ਪਾਣੀ ਦੇ ਹਾਲਾਤ ਹੁਣ 50 ਸਾਲ ਪਹਿਲਾਂ ਵਰਗੇ ਨਹੀਂ ਰਹੇ ਅੱਜ ਪੰਜਾਬ ਖੁਦ ਹੀ ਪਾਣੀ ਦੀਆਂ ਸਮੱਸਿਆਵਾਂ ਦੇ ਨਾਲ ਜੂਝ ਰਿਹਾ ਹੈ ਕਹਿੰਦੇ ਪੰਜਾਬ ਸਰਕਾਰ ਕਾਨੂੰਨੀ ਢੰਗ ਨਾਲ ਅਦਾਲਤ ਸਾਹਮਣੇ ਆਪਣਾ ਪੱਖ ਮਜ਼ਬੂਤੀ ਨਾਲ ਰੱਖੇਗੀ ਤੇ ਕੇਂਦਰ ਸਰਕਾਰ ਕੋਲ ਵੀ ਅਸੀਂ ਇਹ ਮਸਲਾ ਚੁੱਕਾਂਗੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਤੁਰੰਤ ਸਰਪਾਰਟੀ ਮੀਟਿੰਗ ਸੱਦੇ ਜਾਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ। ਉਹਨਾਂ ਕਹਿ ਕੇ ਹੁਣ ਪੰਜਾਬ ਸਰਕਾਰ ਨੂੰ ਇਸ ਮਸਲੇ ਤੇ ਵਿਧਾਨ ਸਭਾ ਦਾ ਖਾਸ اجلاس ਬਣਾਉਣਾ ਬੁਲਾਉਣਾ ਚਾਹੀਦਾ ਤਾਂ ਜੋ ਭਵਿੱਖ ਦੀ ਰਣਨੀਤੀ ਤੈਅ ਕੀਤੀ ਜਾ ਸਕੇ। ਉਹਨਾਂ ਨੇ ਸਖਤ ਕਦਮ ਨਾ ਚੁੱਕਣ ਦੇ ਲਈ ਪੰਜਾਬ ਸਰਕਾਰ ਦੀ ਆਲੋਚਨਾ ਵੀ ਕੀਤੀ। ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੇਲੇ ਐਸਵਾਈਐਲ ਲਈ ਐਕਵਾਇਰ ਕੀਤੀ ਜ਼ਮੀਨ ਕਿਸਾਨਾਂ ਨੂੰ ਦੇਣ ਦੇ ਲਈ ਬਾਕਾਇਦਾ ਕਾਨੂੰਨੀ ਤੌਰ ਤੇ ਫੈਸਲਾ ਤਾਂ ਲਿਆ ਜਾ ਚੁੱਕਿਆ ਤੇ ਹੁਣ ਮੌਜੂਦਾ ਸਰਕਾਰ ਦਾ ਫਰਜ਼ ਬਣਦਾ ਹੈ ਕਿ ਇਸ ਜ਼ਮੀਨ ਦਾ ਕਬਜ਼ਾ ਕਿਸਾਨਾਂ ਨੂੰ ਦਿੱਤਾ ਜਾਵੇ ਜੇ ਸਰਕਾਰ ਨੇ ਇਹ ਕੰਮ ਪੂਰਾ ਨਾ ਕੀਤਾ ਤਾਂ ਅਕਾਲੀ ਦਲ ਵੱਲੋਂ ਨਹਿਰ ਨੂੰ ਪੂਰ ਕੇ ਜ਼ਮੀਨ ਕਿਸਾਨਾਂ ਦੇ ਹਵਾਲੇ ਕੀਤੀ ਜਾਊਗੀ ਅਕਾਲੀ ਦਲ ਪਿੱਛੇ ਨਹੀਂ ਹਟੂਗਾ ਅਸੀਂ ਕਹਿੰਦੇ ਕਿਸੇ ਵੀ ਕੀਮਤ ਤੇ ਐਸਵਾਈਐਲ ਬੰਨ ਨਹੀਂ ਦੇਵਾਂਗੇ ਐਸਵਾਈਐਲ ਦੇ ਇਤਿਹਾਸ ਬਾਰੇ ਤੁਹਾਨੂੰ ਦੱਸ ਦਈਏ ਤਾਂ 1981 ਦੇ ਵਿੱਚ ਪੰਜਾਬ ਹਰਿਆਣਾ ਦੇ ਵਿਚਾਲੇ ਇਹ ਇਹ ਕੱਢਣ ਦਾ ਸਮਝੌਤਾ ਹੋਇਆ ਸੀ ਉਸ ਵਕਤ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ 1996 ਵਿੱਚ ਹਰਿਆਣਾ ਸੁਪਰੀਮ ਕੋਰਟ ਚ ਚਲਾ ਗਿਆ 2002 ਦੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਪੰਜਾਬ ਦੇ ਖਿਲਾਫ ਆ ਤਾਂ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਤ ਤੋਂ ਰਾਤ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦ ਕੇ ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟਸ ਐਕਟ 2004 ਪਾਸ ਕਰ ਦਿੱਤਾ ਸੀ ਤੇ ਪੰਜਾਬ ਦੇ ਪਾਣੀਆਂ ਦੇ ਸਾਰੇ ਸਮਝੌਤੇ ਰੱਦ ਕਰ ਦਿੱਤੇ ਕੇਂਦਰ ਦੇ ਵਿੱਚ ਵੀ ਕਾਂਗਰਸ ਦੀ ਹੀ ਸਰਕਾਰ ਸੀ ਇਸ ਕਰਕੇ ਐਕਟ ਨੂੰ ਪੰਜਾਬ ਦੇ ਰਾਜਪਾਲ ਨੇ ਮੰਜ਼ੂਰੀ ਦੇ ਦਿੱਤੀ ਸੀ ਤੇ ਐਕਟ ਬਣਦੇ 6-7 ਮਹੀਨੇ ਬਾਅਦ ਹਰਿਆਣੇ ਦੀ ਚੋਣ ਸੀ ਤਾਂ ਕਾਂਗਰਸ ਸਰਕਾਰ ਨੇ ਆਪਣੀ ਆਪਣੀ ਸਰਕਾਰ ਦਾ ਐਕਟ ਰਾਸ਼ਟਰਪਤੀ ਕੋਲ ਸਲਾਹ ਲੈਣ ਲਈ ਭੇਜ ਦਿੱਤਾ ਤੇ ਰਾਸ਼ਟਰਪਤੀ ਨੇ ਸਲਾਹ ਲੈਣ ਲਈ ਸੁਪਰੀਮ ਕੋਰਟ ਕੋਲ ਭੇਜ ਦਿੱਤਾ ਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਆਉਂਦੇ ਆਉਂਦੇ ਹੁਣ ਦੇਖੋ ਕਿੰਨੇ ਸਾਲ ਲੱਗ ਗਏ 2016 ਦੇ ਵਿੱਚ ਸੁਪਰੀਮ ਕੋਰਟ ਨੇ ਦੋਵੇਂ ਸੂਬਿਆਂ ਨੂੰ ਆਪਸ ਵਿੱਚ ਬੈਠ ਕੇ ਗੱਲ ਕਰਨ ਲਈ ਕਿਹਾ ਤੇ ਉਸ ਤੋਂ ਬਾਅਦ ਦੋਵੇਂ ਸੂਬਿਆਂ ਦੇ ਮੁੱਖ ਮੰਤਰੀਆਂ ਦੀਆਂ ਮੀਟਿੰਗਾਂ ਤਾਂ ਕਈ ਵਾਰ ਹੋਈਆਂ ਨੇ ਪਰ ਕੋਈ ਹੱਲ ਨਹੀਂ ਨਿਕਲਿਆ ਲੰਘੇ ਸਾਲ ਅਕਤੂਬਰ ਮਹੀਨੇ ਦੇ ਵਿੱਚ ਜਦੋਂ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਮਨੋਹਰ لال ਖੱਟਰ ਵਿਚਾਲੇ ਮੀਟਿੰਗ ਹੋਈ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੋ ਚਾੜ ਵਿੱਚ ਪੰਜਾਬ ਬਣ ਗਿਆ ਹਰਿਆਣਾ ਦਾ ਤਾਂ ਯਮਨਾ 'ਚ ਹਿੱਸਾ ਰਹਿ ਗਿਆ ਤੇ ਪੰਜਾਬ ਦਾ ਜ਼ੀਰੋ ਹੋ ਗਿਆ ਜਦੋਂ ਯਮਨਾ ਦੇ ਵਿੱਚ ਹਿਸਾਨੀ ਤਾਂ ਫਿਰ ਬਿਆਸ ਤੇ ਸਤਲੁਜ ਵਿੱਚੋਂ ਅਸੀਂ ਪਾਣੀ ਕਿਵੇਂ ਦੇ ਦੇਗੀ ਤੇ ਸਾਡੇ ਕੋਲ ਪਾਣੀ ਹੈ ਹੀ ਨਹੀਂ ਹਰਿਆਣਾ ਕੋਲ ਤਾਂ ਪਹਿਲਾਂ ਹੀ ਸਾਡੇ ਨਾਲੋਂ ਜ਼ਿਆਦਾ ਪਾਣੀ ਹੈ ਨਾਲ ਹੀ ਉਹਨਾਂ ਤੰਜਕਸਤਿਆਂ ਕਿਹਾ ਸੀ ਕਿ ਜਦੋਂ ਡੈਮ ਦੇ ਵਿੱਚ ਥੋੜਾ ਜਿਹਾ ਪਾਣੀ ਵੱਧ ਜਾਂਦਾ ਹੈ ਤਾਂ ਰਾਜਸਥਾਨ ਤੇ ਹਰਿਆਣਾ ਸਰਕਾਰਾਂ ਧੰਨਵਾਦ ਕਰਕੇ ਤੁਰਦੀਆਂ ਬੜਦੀਆਂ ਨੇ ਕਹਿ ਦਿੰਦੀਆਂ ਨੇ ਸਾਡੇ ਕੋਲ ਤਾਂ ਬਹੁਤ ਪਾਣੀ ਹੈ ਸਾਡੇ ਵੱਲ ਪਾਣੀ ਨਾ ਛੱਡਿਓ ਯਾਨੀ ਕਿ ਡੁੱਬਣ ਲਈ ਕਹਿੰਦੇ ਅਸੀਂ ਰੱਖੇ ਹੋਏ ਹਾਂ ਪੰਜਾਬ ਹੀ ਰੱਖਿਆ ਹੋਇਆ ਹੁਣ ਜਦੋਂ ਪੰਜਾਬ ਦੇ ਵਿੱਚ ਮੌਜੂਦਾ ਹੜ ਆਇਆ ਸੀ ਤਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਵਾਰੀ ਦੋਵਾਂ ਨੂੰ ਪੇਸ਼ਕਸ਼ ਕੀਤੀ ਸੀ ਕਿ ਹੁਣ ਲੈ ਲਓ ਪਾਣੀ ਪਰ ਕਿਸੇ ਨੇ ਹਾਂ ਨਹੀਂ ਕੀਤੀ ਤੇ ਹੁਣੇ-ਹੁਣੇ ਜਿਹੜੀ ਨਾਰਥ ਜ਼ੋਨਲ ਕੌਂਸਲ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਵੀ ਸੀਐਮ ਮਾਨ ਨੇ ਇਹ ਮੁੱਦਾ ਚੁੱਕਿਆ ਸੀ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਕੱਲ ਦੇਰ ਸ਼ਾਮ ਇੱਕ ਵੱਡੀ ਖਬਰ ਆਈ ਜਦੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੀਤ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ED ਨੇ ਸੰਜੇ ਸਿੰਘ ਨੂੰ ਦਿੱਲੀ ਆਪਕਾਰੀ ਨੀਤੀ ਕੇਸ ਵਿੱਚ ਗ੍ਰਿਫਤਾਰ ਕੀਤਾ ਹੈ ਤੜਕੇ ਉਹਨਾਂ ਦੀ ਰਿਹائش ਤੇ ਛਾਪਾ ਮਾਰਿਆ ਕਈ ਘੰਟੇ ਸੰਜੇ ਸਿੰਘ ਤੋਂ ਪੁੱਛ ਪੜਤਾਲ ਚੱਲੀ ਜਿਸ ਤੋਂ ਬਾਅਦ ਸੰਜੇ ਸਿੰਘ ਨੂੰ ਵੀ ਉਸੇ ਕੇਸ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਜਿਦੇ ਵਿੱਚ ਇਸ ਤੋਂ ਪਹਿਲਾਂ ਹੀ ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਰਹੇ ਸਿੱਖਿਆ ਮੰਤਰੀ ਰਹੇ ਮਨੀਸ਼ ਸੋਦੀਆ ਪਹਿਲਾਂ ਹੀ ਜੇਲ੍ਹ ਦੇ ਵਿੱਚ ਨੇ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਇੱਕ ਹੋਰ ਵੱਡੇ ਲੀਡਰ ਸਤੇਂਦਰ ਜੈਨ ਵੀ ਜੇਲ੍ਹ ਦੇ ਵਿੱਚ ਨੇ ਹਾਲਾਂਕਿ ਇਸ ਕਾਰਵਾਈ ਤੋਂ ਬਾਅਦ ਉਹਨਾਂ ਨੇ ਆਪਣੇ ਅਸਤੀਫੇ ਸੌਂਪ ਦਿੱਤੇ ਸੀ ਉਧਰਾ ਆਮ ਆਦਮੀ ਪਾਰਟੀ ਨੇ ਕਿਹਾ ਕਿ ਈਡੀ ਨੇ ਸੰਜੇ ਸਿੰਘ ਨੂੰ ਨਿਸ਼ਾਨਾ ਬਣਾਇਆ ਹੈ ਕਿਉਂਕਿ ਉਹਨਾਂ ਨੇ ਸੰਸਦ ਵਿੱਚ ਅਡਾਨੀ ਗਰੁੱਪ ਦੇ ਨਾਲ ਜੁੜੇ ਮਸਲੇ ਰੱਖੇ ਸਨ ਇਹੀ ਦਿਨੇ ਆਪਣੀ ਚਾਰਜ ਸ਼ੀਟ ਦੇ ਵਿੱਚ ਵੀ ਸੰਜੀਤ ਸਿੰਘ ਦੇ ਨਾਮ ਦਾ ਜ਼ਿਕਰ ਕੀਤਾ ਸੀ ਚਾਰਜ ਸ਼ੀਟ ਮੁਤਾਬਿਕ ਵਿਚੋਲੀਏ ਦਿਨੇਸ਼ ਅਰੋੜਾ ਨੇ ਕਿਹਾ ਸੀ ਕਿ ਉਹ ਆਪਣੇ ਰੈਸਟੋਰਾਂ ਅਨਪਲੱਗਡ ਕੋਟਯਾਰਡ ਦੇ ਵਿੱਚ ਇੱਕ ਪਾਰਟੀ ਦੌਰਾਨ ਸੰਜੀਤ ਨੂੰ ਮਿਲਿਆ ਸੀ ਚਾਰਜ ਸ਼ੀਟ ਵਿੱਚ ਇਹ ਵੀ ਕਿਹਾ ਗਿਆ ਕਿ 2020 ਵਿੱਚ ਸੰਜੀਤ ਸਿੰਘ ਨੇ ਇੱਕ ਅਰੋੜਾ ਨੂੰ ਕਥਿਤ ਤੌਰ ਤੇ ਕਿਹਾ ਕਿ ਉਹ ਅੱਗੇ ਰੈਸਟੋਰਾਂ ਮਾਲਕਾਂ ਨੂੰ ਦਿੱਲੀ ਅਸੈਂਬਲੀ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਵਾਸਤੇ ਫੰਡ ਜਟਾਉਣ ਲਈ ਕਹੇ ਕਹਿੰਦੇ ਉਸ ਨੇ 82 ਲੱਖ ਰੁਪਏ ਦਾ ਚੈੱਕ ਦਿੱਤਾ ਸੀ ਚਾਰਜ ਸ਼ੀਟ ਮੁਤਾਬਿਕ ਦਿਨੇਸ਼ ਅਰੋੜਾ ਨੇ ਇਹ ਗੱਲ ਵੀ ਮੰਨੀ ਕਿ ਉਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਇੱਕ ਵਾਰੀ ਉਹਨ ਰਾਇਸ਼ ਤੇ ਮਿਲਿਆ ਸੀ ਤੇ ਇਸ ਮੌਕੇ ਵੀ ਸੰਜੇ ਸਿੰਘ ਉਸਦੇ ਨਾਲ ਸੀ ਅਰੋੜਾ ਨੇ ਵੀ ਮੰਨਿਆ ਕਿ ਉਸਨੇ ਸੁਸੋਧੀਆਂ ਨਾਲ ਪੰਜ ਛੇ ਵਾਰੀ ਗੱਲ ਕੀਤੀ ਸੀ ਉਧਰ ਆਮ ਆਦਮੀ ਪਾਰਟੀ ਦੀ ਬੁਲਾਰਾ ਰੀਨਾ ਗੁਪਤਾ ਨੇ ਦਾਵਾ ਕੀਤਾ ਕਿ ਸੰਜੇ ਸਿੰਘ ਵੱਲੋਂ ਅਡਾਨੀ ਮਸਲੇ ਤੇ ਸਰਕਾਰ ਨੂੰ ਲਗਾਤਾਰ ਸਵਾਲ ਕੀਤੇ ਜਾ ਰਹੇ ਸੀ ਤੇਹੀ ਵਜ੍ਹਾ ਕਿ ਉਹਨਾਂ ਦੇ ਰਿਹائش ਤੇ ਛਾਪੇ ਮਾਰੇ ਗਏ ਸੋ ਸੰਜੇ ਸਿੰਘ ਦੀ ਗ੍ਰਿਫਤਾਰੀ ਈਡੀ ਦੇ ਦਸਨ ਮੁਤਾਬਿਕ ਦੋ ਜਿਹੜੇ ਮੁੱਲਜ਼ਮ ਨੇ ਉਹਨਾਂ ਦੇ ਵੱਲੋਂ ਹੀ ਗਵਾਹ ਬਣਨ ਤੋਂ ਬਾਅਦ ਕੀਤੀ ਗਈ ਹੈ ਇਡਿਨੇ ਦਿੱਲੀ ਦੀ ਆਪਕਾਰੀ ਨੀਤੀ ਵਿੱਚ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਨੂੰ ਲੈ ਕੇ ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਕੇਸ ਦਰਜ ਕੀਤਾ ਸੀ ਕੇਸ ਅਗਸਤ ਵਿੱਚ ਦਾਇਰ ਸੀਬੀਆਈ ਐਫਆਈਆਰ ਤੇ ਆਧਾਰਿਤ ਹੈ ਸੀਬੀਆਈ ਨੇ ਮਨੀਸ਼ ਸੋਦੀਆ ਆਪਕਾਰੀ ਵਿਭਾਗ ਦੇ ਤਿੰਨ ਅਧਿਕਾਰੀਆਂ ਤੇ 15 ਮੁਲਜ਼ਮਾਂ ਦੇ ਵਿੱਚੋਂ ਕਈ ਵਿਕਰੇਤਾਵਾਂ ਤੇ ਡਿਸਟ੍ਰੀਬਿਊਟਰਾਂ ਦੇ ਖਿਲਾਫ ਕੇਸ ਦਰਜ ਕੀਤਾ ਸੀ ਇਹਨਾਂ ਸਾਰਿਆਂ ਦਾ ਸੀਬੀਆਈ ਵੱਲੋਂ ਦਾਇਰ ਐਫਆਈਆਰ ਦੇ ਵਿੱਚ ਜ਼ਿਕਰ ਸੀ ਇਸ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਈਡੀ ਜ਼ਰੀਏ ਡਰਾਉਣਾ ਬੀਜੇਪੀ ਦੀ ਫਿਤਰਤ ਬਣ ਚੁੱਕੀ ਹੈ ਲੋਕ ਜਿੱਥੇ ਬੀਜੇਪੀ ਦਾ ਸਾਥ ਨਾ ਦੇਣ ਉਥੇ ਭਾਜਪਾ ਰਾਹੀਂ ਡਰਾਉਣ ਦੀਆਂ ਕੋਸ਼ਿਸ਼ਾਂ ਕਰਦੀ ਹੈ ਅਸੀਂ ਕਹਿੰਦੇ ਬੀਜੇਪੀ ਦੇ ਅਜਿਹੇ ਹੱਥ ਕੰਡਿਆਂ ਤੋਂ ਡਰਨ ਵਾਲੇ ਨਹੀਂ ਹਾਂ ਦੂਸਰੇ ਪਾਸੇ ਬੀਜੇਪੀ ਦੇ ਕੌਮੀ ਬੁਲਾਰੇ ਗੌਰਵ ਪਾਟਿਆ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਥਿਤ ਸ਼ਰਾਬ ਘਟਾਲੇ ਦੇ ਗੁਨਾਹਗਾਰ ਦੇ ਮੁਖ ਤੁਰੇ ਹਨ ਹੱਥਕੜੀਆਂ ਕਹਿੰਦੇ ਹੌਲੀ-ਹੌਲੀ ਅਰਵਿੰਦ ਕੇਜਰੀਵਾਲ ਦੇ ਹੁਣ ਨੇੜੇ ਹੋਣ ਲੱਗ ਪਈਆਂ ਨੇ ਸੰਜੇ ਸਿੰਘ ਨੇ ED ਦੀ ਗ੍ਰਿਫਤਾਰੀ ਤੋਂ ਪਹਿਲਾਂ ਇੱਕ ਵੀਡੀਓ ਰਿਕਾਰਡ ਕੀਤਾ ਸੀ ਜਿਸ ਦੇ ਵਿੱਚ ਉਹਨਾਂ ਨੇ ਸੁਨੇਹਾ ਦਿੰਦਿਆ ਕਿਹਾ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਮੈਂ ਹਮੇਸ਼ਾ ਆਵਾਜ਼ ਬੁਲੰਦ ਕਰਦਾ ਰਹਾਂਗਾ ਝੁਕਾਂਗਾ ਨਹੀਂ ਕਹਿੰਦੇ ਮੈਨੂੰ ਮਰਨਾ ਪਸੰਦ ਹੈ ਪਰ ਝੁਕਾਂਗਾ ਨਹੀਂ ਮੈਂ ਅਡਾਨੀ ਘੁਟਾਲਿਆਂ ਤੋਂ ਪਰਦਾ ਚੁੱਕਿਆ ਤੇ ED ਕੋਲ ਕਈ ਸ਼ਿਕਾਇਤਾਂ ਕੀਤੀਆਂ ਪਰ ਅਡਾਨੀ ਖਿਲਾਫ ਤਾਂ ਕੋਈ ਕਾਰਵਾਈ ਨਹੀਂ ਹੋਈ ਤੇ ED ਨੂੰ ਉਹਨਾਂ ਨੇ ਧੱਕੇ ਨਾਲ ਬਿਨਾਂ ਕਿਸੇ ਸਬੂਤ ਦੇ ਗ੍ਰਿਫਤਾਰ ਕਰ ਲਿਆ ਇੰਡੀਆ ਗਾਠ ਜੋੜ ਨੇ ਵੀ ਇਸ ਗ੍ਰਿਫਤਾਰੀ ਦੀ ਨਿਖੇਦੀ ਕੀਤੀ ਹੈ ਤੇ ਦਿੱਲੀ ਦੇ ਮੁੱਖ ਮੰਤਰੀ ਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗ੍ਰਿਫਤ प्रधानमंत्री मोदी जी की बेचैनी है चोना तक विरोधी तरह के शाम तक का उसके बाद शाम को ये गिरफ्तार करके ले गए अब चुनाव आ रहे हैं और जब से इंडिया अलायंस बना है इंडिया अलायंस बनने की वजह से वो बुरी तरह ऐसी बौखलाये हुए प्रधानमंत्री जी कि उनको लग रहा है कि अगर ये अलायंस सक्सेसफुल हो गया जो कि होगा तो फिर मोदी जी हार रहे हैं बुरी तरह से हार रहे हैं और उस बौखलाहट का भी एक नतीजा है कि आज उनको गिरफ्तार किया गया अभी तो देखिए 2024 तक बहुत लोग गिरफ्तार होंगे न जाने किस किस को गिरफ्तार करेंगे ये एक बौखलाहट का उनका नतीजा है लेकिन संजय सिंह एक शेर है वो कोई घबराने वाला आदमी नहीं है और प्रधानमंत्री जी मोदी जी को एक गलत फहमी है कि हमें गिरफ्तारियां करके वो हमें डरा देंगे झुका देंगे हम डरने वाले लोग नहीं है सच्चाई के रस्ते पे निकले हैं तो जो भी इसका खामियाजा होगा उसको भुगतेंगे ਕੋਰਟ ਵਿੱਚ ਕੇਸ ਕਰਨਗੇ ਬਾਕੀ ਸੜਕ 'ਤੇ ਵੀ ਕਰਨਗੇ ਕੋਰਟ ਵਿੱਚ ਵੀ ਕਰਨਗੇ ਸਭ ਕਰਨਗੇ ਉਦੋਂ ਸੁਪਰੀਮ ਕੋਰਟ ਨੇ ਕੱਲ ਈਡੀ ਨੂੰ ਇਹ ਦੱਸਣ ਲਈ ਕਿਹਾ ਕਿ ਸਿਆਸੀ ਪਾਰਟੀ ਆਮ ਆਦਮੀ ਪਾਰਟੀ ਜੋ ਕਥਿਤ ਤੌਰ 'ਤੇ ਦਿੱਲੀ ਆਪਕਾਰੀ ਨੀਤੀ ਘਟਾਲੇ ਦੀ ਲਾਪਾਤਰੀ ਹੈ ਉਸ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਮੁਲਜ਼ਮ ਕਿਉਂ ਨਹੀਂ ਬਣਾਇਆ ਗਿਆ ਈਡੀ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਨੇ 2022 ਦੀਆਂ ਗੋਆ ਵਿਧਾਨ ਸਭਾ ਚੋਣਾਂ ਦੇ ਵਿੱਚ ਆਪਣੀ ਪ੍ਰਚਾਰ ਮੁਹਿੰਮ ਦੇ ਲਈ ਵੱਖ-ਵੱਖ ਖੇਤ ਤਾਰਕਾਂ ਤੋਂ ਰਿਸ਼ਵਤ ਵਜੋਂ 100 ਕਰੋੜ ਰੁਪਏ ਲੈ ਕੇ ਉਸ ਦੀ ਵਰਤੋਂ ਕੀਤੀ ਸੀ ਤੇ ਹੁਣ ਇਸੇ ਮਾਮਲੇ ਦੇ ਵਿੱਚ ਜਿਹੜਾ ਅਦਾਲਤ ਵਿੱਚ ਚੱਲ ਰਿਹਾ ਹੈ ਉਸ ਵਿੱਚ ਸਿਖਰਲੀ ਅਦਾਲਤ ਨੇ ਈਡੀ ਤੋਂ ਜਵਾਬ ਮੰਗਿਆ ਹੈ ਕਿ منی ਲਾਂਡਰਿੰਗ ਮਾਮਲੇ ਦੇ ਵਿੱਚ ਇਹ ਪਾਰਟੀ ਨਾਮਸਦ ਕਿਉਂ ਨਹੀਂ ਯਾਨੀ ਕਿ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਉਹ ਲਗਾਤਾਰ ਵੱਧ ਰਹੀਆਂ ਨੇ ਬਠਿੰਡਾ ਅਦਾਲਤ ਨੇ ਮਾਡਲ ਟਾਊਨ ਇਲਾਕੇ ਦੇ ਵਿੱਚ ਪਲਾਟ ਖਰੀਦ ਮਾਮਲੇ ਵਿੱਚ ਘਰੇ ਭਾਜੀਪੀ ਲੀਡਰ ਮਨਪ੍ਰੀਤ ਸਿੰਘ ਬਾਦਲ ਦੀ ਪੇਸ਼ਗੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ ਜਿਸ ਨਾਲ ਮਨਪ੍ਰੀਤ ਬਾਦਲ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਨੇ ਇਸ ਬਲਾਂ ਅਦਾਲਤ ਨੇ ਮਨਪ੍ਰੀਤ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਵੀ ਜਾਰੀ ਕੀਤੇ ਸਨ ਲੋਕਆਊਟ ਨੋਟਿਸ ਵੀ ਜਾਰੀ ਹੋ ਚੁੱਕਿਆ ਪਰ ਹਾਲੇ ਤੱਕ ਵਿਜੀਲੈਂਸ ਨੂੰ ਮਨਪ੍ਰੀਤ ਬਾਦਲ ਲੱਭੇ ਨਹੀਂ ਦੂਸਰੇ ਪਾਸੇ ਕੈਪਟਨ ਮਰਿੰਦਰ ਸਿੰਘ ਦੇ ਸਲਾਹਕਾਰ ਰਹੇ ਭਰਤਿੰਦਰ ਸਿੰਘ ਚਾਲ ਦੀ ਅਗਾਊਂ ਜ਼ਮਾਨਤ ਪਟੀਸ਼ਨ ਪੰਜਾਬ ਹਰਿਆਣਾ ਹਾਈ ਕੋਰਟ ਨੇ ਮਨਜ਼ੂਰ ਕਰ ਲਈ ਹੈ ਸਿੱਕਮ ਦੇ ਵਿੱਚ ਬੱਦਲ ਫਟਣ ਕਾਰਨ ਜਿਹੜਾ ਕਹਿਰ ਮਚਿਆ ਉਸ ਦੇ ਵਿੱਚ 10 ਜਣੇ ਹਲਾਕ ਹੋ ਚੁੱਕੇ ਨੇ ਫੌਜ ਦੇ 22 ਜਵਾਨਾਂ ਸਣੇ 82 ਲੋਕ ਲਾਪਤਾ ਨੇ ਐਨ ਡੀ ਆਰ ਐਫ ਦੀਆਂ ਤਿੰਨ ਟੀਮਾਂ ਇਲਾਕੇ ਵਿੱਚ ਤਾਇਨਾਤ ਨੇ ਹੁਣ ਤੱਕ 168 ਜਣਿਆਂ ਨੂੰ ਬਚਾ ਲਿਆ ਗਿਆ ਹੈ ਉਤਰੀ ਸਿੱਕਮ ਦੇ ਵਿੱਚ ਲਹੂਨਕ ਝੀਲ ਤੇ ਬੱਦਲ ਫਟਨ ਕਾਂਤੀਸਤਾ ਨਦੀ ਦੇ ਵਿੱਚ ਅਚਾਨਕ ਹੜ ਆ ਗਿਆ ਜਿਸ ਦੇ ਵਿੱਚ 10 ਜਾਨੇ ਖਤਮ ਹੋ ਗਏ ਸਭ ਤੋਂ ਵੱਡਾ ਨੁਕਸਾਨ ਫੌਜ ਦੇ ਬੇਸ ਕੈਂਪਾਂ ਨੂੰ ਪਹੁੰਚਿਆ ਹੈ ਜਿਹੜੇ ਕਿ ਪਾਣੀ ਦੇ ਵਿੱਚ ਰੁੜ ਗਏ 22 ਫੌਜੀ ਜਵਾਨ ਲਾਪਤਾ ਨੇ ਨਹੀਂ ਮਿਲ ਰਹੇ ਇਹ ਹੜ ਮੰਗਲਵਾਰ ਤੇ ਬੁੱਧਵਾਰ ਦੀ ਰਾਤ ਨੂੰ ਕਰੀਬ 1.5 ਵਜੇ ਆਇਆ ਗੰਗਟੋਕ ਦੇ SDM ਮਹਿੰਦਰ ਛੇਤਰੀ ਨੇ ਦੱਸਿਆ ਕਿ ਗੋਲੀਟਾਰ ਤੇ ਸਿੰਘਤਾਮ ਖੇਤਰ ਤੋਂ 5 ਜਣਿਆਂ ਦੀਆਂ ਦੀਹਾਂ ਬਰਾਮਦ ਹੋਈਆਂ ਨੇ ਜਦਕਿ ਗੋਲੀਟਾਰ ਤੋਂ 3 ਜਣਿਆਂ ਨੂੰ ਬਚਾ ਲਿਆ ਗਿਆ। ਰਾਜਧਾਨੀ ਗੰਗਟੋਕ ਤੋਂ 30 ਕਿਲੋਮੀਟਰ ਦੂਰ ਸਿੰਘਤਾਮ ਦੇ ਵਿੱਚ ਸਟੀਲ ਨਾਲ ਬਣਿਆ ਇੱਕ ਪੁਲ ਅੱਤ ਕੱਲ ਤੜਕੇ 30 ਸਤਨਾਦੀ ਦੇ ਪਾਣੀ ਵਿੱਚ ਪੂਰੀ ਤਰ੍ਹਾਂ ਰੁੜ ਗਿਆ। ਸਿੱਕਮ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਨੂੰ ਕੁਦਰਤੀ ਆਫਤ ਐਲਾਨ ਦਿੱਤਾ ਹੈ। ਕੈਬਨਟ ਸਕੱਤਰ राजीव ਅੰਗਾਬਾ ਦੀ ਅਗਵਾਈ ਹੇਠ ਕੌਮੀ ਆਫਤ ਪ੍ਰਬੰਧਨ ਕਮੇਟੀ ਨੇ ਕੱਲ ਸਿੱਕਮ ਦੇ ਵਿੱਚ ਬੱਦਲ ਫਟਣ ਮੰਗਰੋ ਬਣੇ ਹਾਲਾਤ ਦੀ ਸਮੀਖਿਆ ਕੀਤੀ ਸੈਲਾਨੀਆਂ ਤੇ ਇੱਕ ਸੁਰੰਗ ਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣ ਤੇ ਜ਼ੋਰ ਦਿੱਤਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਕਮ ਦੇ ਮੁੱਖ ਮੰਤਰੀ ਪੀਐਸ ਤਮੰਗ ਦੇ ਨਾਲ ਗੱਲ ਕੀਤੀ ਤੇ ਸੂਬੇ ਵਿੱਚ ਬੱਦਲ ਫਟਣ ਕਾਰਨ 30 ਥਾਣੇ ਦੇ ਵਿੱਚ ਆਏ ਹੜ੍ਹ ਕਾਰਨ ਬਣੇ ਹਾਲਾਤਾਂ ਦੀ ਸਮੀਖਿਆ ਦਿੱਤੀ ਅਤੇ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਵੀ ਆਪਣੀ ਸਰਕਾਰ ਦੇ ਵੱਲੋਂ ਸਿੱਕਮ ਦੀ ਸਰਕਾਰ ਦਾ ਹਰ ਸੰਭਵ ਮਦਦ ਦੇਣ ਦਾ ਪ੍ਰੋਸਾ ਦਿੱਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਪੀੜਤਾਂ ਦੀ ਸੁਰੱਖਿਆ ਲਈ ਪ੍ਰਾਰਥਨਾ ਕੀਤੀ। ਦਿੱਲੀ ਪੁਲਿਸ ਵੱਲੋਂ ਆਨਲਾਈਨ న్యూਸ ਪੋਰਟਲ న్యూਸ ਕਲਿੱਕ ਦੇ ਖਿਲਾਫ ਕਾਰਵਾਈ ਕੀਤੇ ਜਾਣ ਤੋਂ ਬਾਅਦ ਹੁਣ న్యూਸ ਕਲਿੱਕ ਨੇ ਦਾਵਾ ਕੀਤਾ ਹੈ ਕਿ ਛਾਪੇ ਦੌਰਾਨ ਦਿੱਲੀ ਪੁਲਿਸ ਨੇ ਉਹਨਾਂ ਨੂੰ ਐਫਆਈਆਰ ਦੀ ਕਾਪੀ ਨਹੀਂ ਦਿੱਤੀ। ਤੇ ਜਿਹੜੇ ਚੈਨਲ ਦੇ ਨਾਲ ਜੁੜੇ ਵਿਅਕਤੀ ਨੇ ਪੱਤਰਕਾਰ ਨੇ ਉਹਨਾਂ ਤੇ ਲਾਏ ਦੋਸ਼ਾਂ ਬਾਰੇ ਵੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਇਸ ਦੌਰਾਨ ਪਰਵੀਰ ਪੁਰਕਾਇਸਥ ਅਤੇ ਅਮਿਤ ਚੱਕਰਵਰਤੀ ਦੋਵਾਂ ਨੂੰ 7 ਦਿਨਾਂ ਦੇ ਲਈ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ ਯਾਨੀ ਕਿ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਪਰਵੀਰ ਇਸ ਸੰਸਥਾ ਦੇ ਬਾਨੀ ਨੇ ਤੇ ਅਮਿਤ ਨਿਊਜ਼ ਕਲਿੱਕ ਦੇ ਐਚ ਆਰ ਹੈੱਡ ਨੇ ਨਿਊਜ਼ ਕਲਿੱਕ ਖਿਲਾਫ ਦਿੱਲੀ ਪੁਲਿਸ ਦੀ ਕਾਰਵਾਈ ਦੀ ਨਿਖੇਦੀ ਕਰਦਿਆਂ ਵੱਖ-ਵੱਖ ਮੀਡੀਆ ਜਥੇਬੰਦੀਆਂ ਨੇ ਇਸ ਮਾਮਲੇ ਵਿੱਚ ਭਾਰਤ ਦੇ ਚੀਫ ਜਸਟਿਸ ਡੀਵਾਈ ਚੰਦਰ ਚੂਡ ਦੇ ਦਖਲ ਦੀ ਮੰਗ ਕੀਤੀ ਹੈ ਚੀਫ ਜਸਟਿਸ ਨੂੰ ਲਿਖੀ ਚਿੱਠੀ ਤੇ ਡੀਜੀਪਾਥ ਨਿਊਜ਼ ਇੰਡੀਆ ਫਾਊਂਡੇਸ਼ਨ ਇੰਡੀਆ ਔਮਨਸ ਪ੍ਰੈਸ ਕੋਰਟ ਤੇ ਪ੍ਰੈਸ ਕਲੱਬ ਆਫ ਇੰਡੀਆ ਸਲਾਨਹੌਰ ਜਥੇਬੰਦੀਆਂ ਦੇ ਦਸਤਖਤ ਨੇ ਉਧਰ ਚੈਨਲ ਨੇ ਇਹ ਵੀ ਦਾਵਾ ਕੀਤਾ ਕਿ ਪੁਲਿਸ ਨੇ ਬਿਨਾਂ ਕਿਸੇ ਪ੍ਰਕਿਰਿਆ ਦੇ ਇਲੈਕਟ੍ਰੋਨਿਕ ਉਪਕਰਣ ਵੀ ਜ਼ਬਤ ਕਰ ਲਏ ਰਿਪੋਰਟਿੰਗ ਜਾਰੀ ਰੱਖਣ ਤੋਂ ਰੋਕਣ ਲਈ ਦਫ਼ਤਰ ਵੀ ਸੀਲ ਕਰ ਦਿੱਤਾ ਉਹਨਾਂ ਕਿਹਾ ਕਿ ਅਸੀਂ ਸਰਕਾਰ ਦੀ ਉਜਹੀ ਕਾਰਵਾਈ ਦੀ ਤਿੱਖੀ ਆਲੋਚਨਾ ਕਰਦੇ ਹਾਂ ਜੋ ਪੱਤਰਕਾਰੀ ਦੀ ਆਜ਼ਾਦੀ ਦਾ ਸਨਮਾਨ ਨਹੀਂ ਕਰਦੀ ਇਹ ਆਲੋਚਨਾ ਨੂੰ ਦੇਸ਼ទ្រੋਹ ਜਾਂ ਦੇਸ਼ ਵਿਰੋਧੀ ਪ੍ਰਚਾਰ ਵਜੋਂ ਲੈਂਦੀ ਹੈ। ਇਹ ਵੀ ਦਾਵਾ ਕੀਤਾ ਹੈ ਵੈੱਬਸਾਈਟ ਦੇ ਵੱਲੋਂ ਕਿ ਵੱਖ-ਵੱਖ ਕੇਂਦਰੀ ਏਜੰਸੀਆਂ, ਈਡੀ ਦਿੱਲੀ ਪੁਲਿਸ ਦੇ ਆਰਥਿਕ ਅਪਰਾਧ ਵਿੰਗ ਤੇ ਇਨਕਮ ਟੈਕਸ ਵਿਭਾਗ ਵੱਲੋਂ 2021 ਤੋਂ ਉਹਨਾਂ ਦੇ ਦਫ਼ਤਰਾਂ ਤੇ ਸਟਾਫਰਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਨਿਊਜ਼ ਕਲਿੱਕ ਨੇ ਕਿਹਾ ਕਿ ਸਾਨੂੰ ਆਪਣੀ ਵੈੱਬਸਾਈਟ ਤੇ ਚੀਨ ਦਾ ਪ੍ਰਚਾਰ ਕਰਨ ਲਈ ਯੂਪੀਏ ਤਹਿਤ ਦੋਸ਼ੀ ਪਾਇਆ ਗਿਆ ਹੈ। ਬਿਛੇ ਕਈ ਸਾਲਾਂ ਤੋਂ ਕਹਿੰਦੇ ਵੱਖ-ਵੱਖ ਸਰਕਾਰੀ ਏਜੰਸੀਆਂ ਨੇ ਵੈੱਬਸਾਈਟ ਦੇ ਬੈਂਕ ਖਾਤੇ ਖਰਚੇ ਤੇ ਫੰਡਾਂ ਦੇ ਵਸੀਲਿਆਂ ਦੀ ਪੜਤਾਲ ਕੀਤੀ ਪਰ ਕੋਈ ਵੀ ਏਜੰਸੀ ਸ਼ਿਕਾਇਤ ਦਰਜ ਕਰਨ ਦੇ ਵਿੱਚ ناکਾਮ ਰਹੀ। ਉਹਨਾਂ ਦਾਅਵਾ ਕੀਤਾ ਕਿ ਨਿਊਜ਼ ਕਲਿੱਕ ਕਿਸੇ ਵੀ ਚੀਨੀ ਕੰਪਨੀ ਅਦਾਰੇ ਜਾਂ ਅਧਿਕਾਰੀ ਦੀ ਸ਼ੈ ਤੇ ਕੋਈ ਖਬਰ ਜਾਂ ਜਾਣਕਾਰੀ ਸਿੱਧੇ ਜਾਂ ਅਸਲ ਤੌਰ ਤੇ ਨਸ਼ਰ ਨਹੀਂ ਕਰਦੀ। ਫੰਡ ਮਿਲਣ ਬਾਰੇ ਵੀ ਦਾਅਵਾ ਕੀਤਾ ਗਿਆ ਹੈ ਕਿ ਇਹ ਟੁਕਮੇ ਬੈਂਕਿੰਗ ਚੈਨਲਾਂ ਦੇ ਰਾਹੀਂ ਵੈੱਬਸਾਈਟ ਨੂੰ ਮਿਲਿਆ ਹੈ ਜਿਸ ਦੀ ਜਾਣਕਾਰੀ ਅਧਿਕਾਰੀਆਂ ਨੂੰ ਦਿੱਤੀ ਗਈ ਹੈ। ਕੁਝ ਵੀ ਗੈਰ ਕਾਨੂੰਨੀ ਨਹੀਂ ਹੋਇਆ ਦੂਸਰੇ ਪਾਸੇ ਬੀਜੇਪੀ ਨੇ ਕਿਹਾ ਕਿ ਪੁਖਤਾ ਸਬੂਤਾਂ ਦੇ ਆਧਾਰ ਤੇ ਕਾਰਵਾਈ ਹੋਈ ਹੈ ਬੀਜੇਪੀ ਹੈੱਡਕੁਆਰਟਰ ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੌਮੀ ਬੁਲਾਰੀ ਗੌਰਵ ਪਾਟੀਆਂ ਨੇ ਕਿਹਾ ਕਿ ਪੁਲਿਸ ਨੇ ਪੁਖਤਾ ਸਬੂਤਾਂ ਦੇ ਆਧਾਰ ਤੇ ਹੀ ਕਾਰਵਾਈ ਕੀਤੀ ਹੈ ਕਿਉਂਕਿ ਚੈਨਲ ਦੇ ਖਿਲਾਫ ਗੰਭੀਰ ਦੋਸ਼ ਲੱਗੇ ਨੇ ਨਿਊਜ਼ ਕਲਿੱਕ ਪੱਤਰਕਾਰੀ ਦਾ ਨਕਾਬ ਪਾ ਕੇ ਦੇਸ਼ ਵਿਰੋਧੀ ਸਰਗਰਮੀਆਂ ਦੇ ਵਿੱਚ ਸ਼ਾਮਲ ਸੀ ਚੀਨ ਤੋਂ ਮਾਲੀ ਸਹਾਇਤਾ ਲੈ ਰਹੇ ਸਨ ਜੋ ਭਾਰਤ ਦੇ ਖਿਲਾਫ ਹੈ ਕਹਿੰਦੇ ਕੋਈ ਵੀ ਚੀਨੀ ਦਲਾਲ ਕਾਨੂੰਨ ਤੋਂ ਉੱਪਰ ਨਹੀਂ ਹੈ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਨੇ ਪਟਿਆਲਾ ਦੀ ਨਾਬਾ ਜੇਲ੍ਹ ਦੇ ਵਿੱਚ ਵਿਧਾਇਕ ਸੁਖਪਾਲ ਸਿੰਘ ਖੈਰਾ ਨਾਲ ਮੁਲਾਕਾਤ ਕੀਤੀ। ਤੇ ਕੰਟਾਪਰ ਮੁਲਾਕਾਤ ਤੋਂ ਬਾਅਦ ਰੰਧਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਉਹ ਦਿਨ ਯਾਦ ਕਰੇ ਜਦੋਂ ਉਸਨੇ ਇਸੇ ਕੇਸ ਦੇ ਸਬੰਧ ਵਿੱਚ ਸੁਪਾਲ ਖੈਰਾ ਦੇ ਹੱਕ 'ਚ ਵਿਧਾਨ ਸਭਾ 'ਚ ਰੌਲਾ ਪਾਇਆ ਸੀ ਤੇ ਦੋ ਵਾਰੀ ਸੈਸ਼ਨ ਮੁਲਤਵੀ ਵੀ ਕਰਨਾ ਪਿਆ ਸੀ ਕਹਿੰਦੇ ਅੱਜ ਉਹੀ ਆਮ ਆਦਮੀ ਪਾਰਟੀ ਜਿਸਨੇ ਕੇਸ ਚੱਲਣ ਦੇ ਬਾਵਜੂਦ ਇਸ ਨੂੰ ਝੂਠਾ ਘਰਾੜ ਦੇ ਕੇ ਖੈਰਾ ਨੂੰ ਵਿਰੋਧੀ ਧਿਰ ਦਾ ਲੀਡਰ ਬਣਾਇਆ ਇੰਨੇ ਸਾਲਾਂ ਬਾਅਦ ਕਹਿ ਰਹੀ ਹੈ ਕਿ ਖੈਰਾ ਮਲਜ਼ਮ ਹੈ ਕਹਿੰਦੇ ਹੋਰ ਕੁਝ ਨਹੀਂ ਇਹ ਸਿਰਫ ਤੇ ਸਿਰਫ ਸਿਆਸੀ ਬਦਲਾਖੋਰੀ ਹੈ ਸੁਖਜਿੰਦਰ ਰੰਧਾਵਾ ਨੇ ਦਾਵਾ ਕੀਤਾ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਹੈ ਕਿ ਸਰਕਾਰੀ ਖੋਰ ਕੇਸ 'ਚ ਬੰਦ ਕਿਸੇ ਕੈਦੀ ਤੋਂ ਝੂਠਾ ਬਿਆਨ ਲੈ ਕੇ ਕਾਂਗਰਸੀ ਵਿਧਾਇਕ ਖਹਿਰਾ ਤੇ ਇੱਕ ਹੋਰ ਝੂਠਾ ਕੇਸ ਕਰਨ ਦੀ ਤਿਆਰੀ ਵਿੱਚ ਹੈ ਰੰਧਾਵਾ ਤੋਂ ਪਹਿਲਾਂ ਖਹਿਰਾ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਵੀ ਕੱਲ ਆਪਣੇ ਪਿਤਾ ਨੂੰ ਮਿਲਣ ਜੇਲ੍ਹ ਪਹੁੰਚੇ ਸੀ ਪਰ ਉਹਨਾਂ ਨੇ ਮੀਰੀਆਂ ਨਾਲ ਕੋਈ ਗੱਲਬਾਤ ਨਹੀਂ ਕੀਤੀ। ਇਸ ਮੌਕੇ ਸੁਖਜਿੰਦਰ ਰੰਧਾਵਾ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਕਾਂਗਰਸ ਗੱਠ ਚੋੜ ਨਹੀਂ ਕਰੇਗੀ। ਚੀਨ ਵਿੱਚ ਚੱਲ ਰਹੀਆਂ 19ਵੀਆਂ ਏਸ਼ੀਆਈ ਖੇਡਾਂ ਦੀ ਗੱਲ ਕਰ ਲਈਏ ਤਾਂ ਨਿਰਜ ਚੋਪੜਾ ਦਾ ਸੁਨਹਿਰੀ ਪ੍ਰਦਰਸ਼ਨ ਜਾਰੀ ਹੈ। ਨਿਰਜ ਚੋਪੜਾ ਨੇ ਨੇਜਾ ਸੁੱਟਣ ਦੇ ਮੁਕਾਬਲੇ ਦੇ ਵਿੱਚ ਸੋਨਾ ਜਿੱਤ ਲਿਆ ਹੈ। ਹਰਮਿਲਨ ਕੌਰ ਬੈਂਸ ਨੇ ਮਹਿਲਾਵਾਂ ਦੀ 800 ਮੀਟਰ ਤੇ ਅਵਿਨਾਸ਼ ਨੇ ਪੁਰਸ਼ਾਂ ਦੀ 5000 ਮੀਟਰ ਦੌੜ ਦੇ ਵਿੱਚ ਚਾਂਦੀ ਜਿੱਤ ਲਈ ਹੈ। ਪੈਦਲ ਚਾਲ ਦੇ ਵਿੱਚ ਮੰਜੂ ਰਾਣੀ ਅਤੇ ਰਾਮ ਬਾਬੂ ਨੇ ਕੰਸਾ ਜਿੱਤ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਜੂ ਤੇ ਰਾਮ ਬਾਬੂ ਨੂੰ ਵਧਾਈ ਵੀ ਦਿੱਤੀ ਹੈ। ਤੀਰ ਅੰਦਾਜ਼ੀ ਦੇ ਵਿੱਚ ਦਿਉਤਲੇ ਤੇ ਜਯੋਤੀ ਦੀ ਜੋੜੀ ਨੇ ਵੀ ਸੋਨਾ ਜਿੱਤ ਲਿਆ ਹੈ। ਕੰਪਾਊਂਡ ਮਿਕਸਡ ਟੀਮ ਮੁਕਾਬਲੇ ਵਿੱਚ ਦੱਖਣੀ ਕੋਰੀਆ ਨੂੰ 159-158 ਦੇ ਨਾਲ ਹਰਾ ਦਿੱਤਾ। ਮੁੱਕੇਬਾਜ਼ੀ ਦੇ ਵਿੱਚ ਲਵਲੀਨਾ ਨੇ ਚਾਂਦੀ ਜਿੱਤ ਲਈ ਹੈ ਸੋਨੇ ਤੋਂ ਖੁੰਝ ਗਈ ਹੈ ਪ੍ਰਵੀਨ ਨੇ ਕਾਂਸਾ ਜਿੱਤਿਆ ਹੈ ਪ੍ਰਵੀਨ ਹੱਡਾ ਨੇ ਕੁਸ਼ਤੀ ਦੀ ਗੱਲ ਕਰ ਲਈਏ ਤਾਂ ਸੁਨੀਲ ਕੁਮਾਰ ਨੇ 87 ਕਿਲੋ ਭਾਰ ਵਰਗ ਦੇ ਵਿੱਚ ਕਾਂਸੇ ਦਾ ਤਗਮਾ ਜਿੱਤ ਕੇ ਭਾਰਤ ਨੂੰ ਏਸ਼ੀਆਈ ਖੇਡਾਂ ਦੇ ਵਿੱਚ 13 ਸਾਲ ਬਾਅਦ ਗ੍ਰੀਕੋ ਰੋਮਨ ਦੇ ਵਿੱਚ ਪਹਿਲਾ ਤਗਮਾ ਦਿਵਾਇਆ ਸਕੁਐਸ਼ ਦੇ ਵਿੱਚ ਸੌਰਵ ਖਸ਼ਾਲ ਪੁਰਸ਼ ਸਿੰਗਲਸ ਮੁਕਾਬਲੇ ਦੇ ਵਿੱਚ ਤੇ ਦੀਪਿਕਾ ਤੇ ਹਰਿੰਦਰਪਾਲ ਦੀ ਜੋੜੀ ਡਬਲਸ ਦੇ ਫਾਈਨਲ ਵਿੱਚ ਪਹੁੰਚ ਗਈ ਹੈ ਦੀਪਿਕਾ ਪੱਲਿਕਲ ਤੇ ਹਰਿੰਦਰਪਾਲ ਸਿੰਘ ਸੰਧੂ ਤੋਂ ਫਾਈਨਲ ਦੇ ਵਿੱਚ ਕਾਫੀ ਆਸਾਂ ਨੇ ਹਾਕੀ ਦੇ ਵਿੱਚ ਭਾਰਤ ਨੇ ਦੱਖਣੀ ਕੋਰੀਆ ਨੂੰ 5-3 ਨਾਲ ਹਰਾ ਦਿੱਤਾ ਤੇ ਫਾਈਨਲ ਦੇ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ ਕੱਲ ਨੂੰ ਜਾਪਾਨ ਦੇ ਨਾਲ ਭਾਰਤੀ ਹਾਕੀ ਟੀਮ ਦਾ ਮੁਕਾਬਲਾ ਹੋਵੇਗਾ ਵ੍ਰੇਜ ਮੁਕਾਬਲੇ ਦੇ ਵਿੱਚ ਭਾਰਤੀ ਪੁਰਸ਼ ਟੀਮ ਚੀਨ ਨੂੰ 2-1 ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚ ਗਈ ਹੈ ਕਬੱਡੀ ਦੇ ਵਿੱਚ ਭਾਰਤ ਦੀ ਪੁਰਸ਼ ਅਤੇ ਮਹਿਲਾ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਦੋਵਾਂ ਵਰਗਾਂ ਦੇ ਵਿੱਚ ਥਾਈਲੈਂਡ ਨੂੰ ਹਰਾ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਹੌਕੀ ਟੀਮ ਦੇ ਫਾਈਨਲ ਵਿੱਚ ਪ੍ਰਵੇਸ਼ ਕਰਨ ਤੇ ਸਾਰੀ ਟੀਮ ਨੂੰ ਵਧਾਈ ਦਿੱਤੀ ਹੈ। ਹੁਣ ਤੱਕ ਭਾਰਤ ਦੀ ਝੋਲੀ ਦੇ ਵਿੱਚ ਕੁੱਲ 81 ਤਗਮੇ ਸਾਡੇ ਖਿਡਾਰੀਆਂ ਨੇ ਪਾ ਦਿੱਤੇ ਨੇ। ਚੀਨ ਪਹਿਲੇ ਨੰਬਰ ਤੇ ਹੈ 316 ਤਗਮਿਆਂ ਦੇ ਨਾਲ। ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਕੁਝ ਹੋਰ ਖਬਰਾਂ ਵਿਸਤਾਰ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ 12 ਸਾਲਾਂ ਬਾਅਦ ਫੇਰ ਚਰਚਾ ਹੋ ਰਹੀ ਹੈ ਹਾਲਾਂਕਿ ਕਈ ਵਾਰੀ ਚਰਚਾ ਤਾਂ ਹੁੰਦੀ ਰਹਿੰਦੀ ਹੈ ਪਰ ਹੁਣ ਸੁਧਾਈ ਦਾ ਐਲਾਨ ਹੈ ਜਿਹੜਾ ਉਹ ਕਰ ਦਿੱਤਾ ਗਿਆ ਹੈ 12 ਸਾਲਾਂ ਬਾਅਦ ਐਸਪੀਸੀ ਦੀਆਂ ਜਨਰਲ ਚੋਣਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸਰਕਾਰ ਇਸ ਮਹੀਨੇ 21 ਅਕਤੂਬਰ ਤੋਂ ਵੋਟਾਂ ਮਨਵਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੀ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ ਹੈ ਕਿ ਐਸਜੀਪੀਸੀ ਦੀਆਂ ਲੰਬੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਚੋਣਾਂ ਦੇ ਬੰਦ ਵਿੱਚ ਅਹਿਮ ਜਾਣਕਾਰੀ ਦੇ ਰਹਾ 1 1 ਅਕਤੂਬਰ 2023 ਤੋਂ ਨਵੀਆਂ ਵੋਟਾਂ ਬਣਾਉਣ ਤੇ VOTER ਸੂਚੀਆਂ ਦੀ ਸਦਾਈ ਦੀ ਪ੍ਰਕਿਰਿਆ ਸ਼ੁਰੂ ਹੋਏਗੀ ਬਾਕੀ ਵੇਰਵੇ ਛੇਤੀ ਦੇਵਾਂਗੇ ਉਸ ਤੋਂ ਬਾਅਦ ਬਾਕੀ ਵੇਰਵੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਦਿੱਤੇ ਅਤੇ ਦੱਸਿਆ ਕਿ ਐਤਕੀ VOTER ਲਿਸਟ ਕਿਵੇਂ ਤਿਆਰ ਹੋਏਗੀ ਕਾਂਗ ਨੇ ਆਪਣੀ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਦੱਸਿਆ ਕਿ ਇਸ ਵਾਰੀ ਵੋਟ ਬਣਾਉਣ ਦੀ ਪ੍ਰਕਿਰਿਆ ਦੇ ਵਿੱਚ ਕਾਫੀ ਸੁਧਾਰ ਤੇ ਪਾਰਦਰਸ਼ਤਾ ਲਿਆਂਦੀ ਗਈ ਹੈ ਪਹਿਲਾਂ ਉਮੀਦਵਾਰਾਂ ਦੇ ਵੱਲੋਂ ਵੋਟਰਾਂ ਦੀ ਲਿਸਟ ਗੁਰਦੁਆਰਾ ਚੋਣ ਕਮਿਸ਼ਨ ਨੂੰ ਖੋਦ ਦਿੱਤੀ ਜਾਂਦੀ ਸੀ ਜਿਸ ਦੀ ਵਜ੍ਹਾ ਕਰਕੇ ਗੜਬੜੀ ਹੁੰਦੀ ਸੀ ਧਾਂਦਲੀ ਹੁੰਦੀ ਸੀ ਤੇ ਉਮੀਦਵਾਰ ਆਪਣੇ ਵੋਟਰਾਂ ਦੇ ਹੀ ਵੋਟ ਬਣਾ ਲੈਂਦੇ ਸੀ ਕੁਝ ਕੁ ਲੋਕ ਹੁੰਦੇ ਸੀ ਜਿਹੜੇ ਖੁਦ ਜਾ ਕੇ ਵੋਟ ਬਣਵਾਉਂਦੇ ਸੀ ਜਦ ਕਿ ਇਸ ਵਾਰ ਇਹ ਜਿਹਾ ਨਹੀਂ ਹੋਏਗਾ ਕੰਗ ਨੇ ਦੱਸਿਆ ਕਿ ਇਸ ਵਾਰ ਹੀ ਪਿੰਡਾਂ ਦੇ ਵਿੱਚ ਵੋਟਾਂ ਲਈ ਕੈਂਪ ਲਾਏ ਜਾਣਗੇ ਆਧਾਰ ਕਾਰਡ ਦੇ ਨਾਲ ਵੋਟਰ ਕਾਰਡ ਮਿਲਾਇਆ ਜਾਊਗਾ ਤੇ ਫਿਰ ਵੋਟਰ ਲਿਸਟ ਦੇ ਵਿੱਚ ਨਾਮ ਜੋੜਿਆ ਜਾਊਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਰਿਐਕਸ਼ਨ ਆਇਆ ਹੈ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨਾ ਲਾਉਂਦੇ ਕਿਹਾ ਹੈ ਕਿ ਮੁੱਖ ਮੰਤਰੀ ਜੀ ਤੁਸੀਂ ਹਰ ਕੰਮ ਨੂੰ ਆਪਣੇ ਖਾਤੇ ਪਾਉਣ ਦੇ ਐਲਾਨ ਦੀ ਥਾਂ ਗੁਰਦੁਆਰਾ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੀ ਪ੍ਰਸ਼ਾਸਨ ਨੂੰ ਪਾਲਣਾ ਕਰਨ ਦਿਓ ਹਾਲਾਂਕਿ ਉਹਨਾਂ ਨੇ ਸ਼੍ਰੋਮਣੀ ਕਮੇਟੀ ਦਾ ਮੁੱਖ ਸੇਵਾਦਾਰ ਹੁੰਦਿਆਂ ਚੋਣਾਂ ਦਾ ਸਵਾਗਤ ਵੀ ਕੀਤਾ ਦਰਅਸਲ ਕਮੇਟੀ ਪ੍ਰਧਾਨ ਦੇ ਮੁਤਾਬਿਕ ਜਿਹੜੇ ਗੁਰਦੁਆਰਾ ਚੋਣ ਕਮਿਸ਼ਨ ਦੇ ਵੱਲੋਂ ਮਈ ਦੇ ਵਿੱਚ ਹੀ ਇਸ ਪ੍ਰਕਿਰਿਆ ਦਾ ਐਲਾਨ ਕਰ ਦਿੱਤਾ ਗਿਆ ਸੀ ਪਰ ਹੁਣ ਕਹਿੰਦੇ ਜਿਹੜਾ ਤਰੀਕ ਦਾ ਐਲਾਨ ਤੁਹਾਡੇ ਵੱਲੋਂ ਕਰਨਾ ਤੁਕ ਨਹੀਂ ਬਣਦੀ ਇਹ ਗੁਰਦੁਆਰਾ ਚੋਣ ਕਮਿਸ਼ਨ ਦਾ ਕੰਮ ਹੈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਵੀ VOTING ਦੀ ਨਵੀਂ ਪ੍ਰਕਿਰਿਆ ਦਾ ਸਵਾਗਤ ਕੀਤਾ ਹੈ ਕਹਿੰਦੇ ਜਿਹੜਾ ਪਿੰਡਾਂ ਦੇ ਵਿੱਚ ਕੈਂਪ ਲਾ ਕੇ ਵੋਟਾਂ ਬਣਾਉਣ ਦਾ ਫੈਸਲਾ ਲਿਆ ਗਿਆ ਉਹਦੇ ਨਾਲ ਵੱਤੋਂ ਵੱਤ ਸਿੱਖਾਂ ਨੂੰ ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ਦਾ ਮੌਕਾ ਮਿਲੇਗਾ ਬੀਜੇਪੀ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਵੀ ਐਸਜੀਪੀਸੀ ਦੀਆਂ ਵੋਟਾਂ ਲਈ ਪਿੰਡਾਂ ਵਿੱਚ ਕੈਂਪ ਲਾਉਣ ਦੇ ਫੈਸਲੇ ਦਾ ਸਵਾਗਤ ਕੀਤਾ। ਜਲਕੇ ਸ਼੍ਰੋਮਣੀ ਅਕਾਲੀ ਦਲ ਨੇ ਸਵਾਲ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਡਾਕਟਰ ਦਿਲਜੀਤ ਸਿੰਘ ਚੀਵਾ ਨੇ ਕਿਹਾ ਕਿ ਮੁੱਖ ਮੰਤਰੀ ਜੀ ਗੁਰਦਵਾਰਾ ਚੋਣ ਕਮਿਸ਼ਨ ਵੱਲੋਂ ਇਸ ਵੰਚ ਪਹਿਲਾਂ ਹੀ 25 ਮਈ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਉਸ ਤੋਂ ਬਾਅਦ ਆਪ ਜੀ ਦਾ ਵੱਖਰਾ ਐਲਾਨਨਾਮਾ ਚੋਣ ਪ੍ਰਕਿਰਿਆ ਦੇ ਵਿੱਚ ਦਖਲਅੰਦਾਜ਼ੀ ਹੈ ਸੋ ਇਸ ਗੱਲ ਤੋਂ ਗੁਰੇਜ਼ ਕਰੋ ਚੋਣ ਕਮਿਸ਼ਨ ਆਪਣੇ ਕੰਮ 'ਚ ਸਮਰੱਥ ਹੈ ਉਹਨਾਂ ਨੂੰ ਆਪਣਾ ਕੰਮ ਕਰਨ ਦਿਓ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਵੀ ਵੋਟਾਂ ਬਣਾਉਣ ਦੀ ਪ੍ਰਕਿਰਿਆ ਦਾ ਸਵਾਗਤ ਕਰਨ ਦੇ ਨਾਲ ਸਵਾਲ ਵੀ ਚੁੱਕੇ ਕਿ ਆਖਿਰ ਮੁੱਖ ਮੰਤਰੀ ਭਗਵੰਤ ਮਾਨ ਕਿਵੇਂ ਦਿਨੀਆ ਲਾਂਤਾ ਗੁਰਦੁਆਰਾ ਚੋਣ ਕਮਿਸ਼ਨ ਦੇ ਵੱਲੋਂ ਕੀਤਾ ਜਾਂਦਾ ਹੈ ਮੁੱਖ ਮੰਤਰੀ ਇਸ ਹੱਕ ਨਾਲ ਚੋਣਾਂ ਦੀ ਜਾਣਕਾਰੀ ਦੇ ਰਹੇ ਨੇ ਉਹ ਮੁੱਖ ਮੰਤਰੀ ਨੇ ਜਾਂ ਫਿਰ ਗੁਰਦੁਆਰਾ ਚੋਣ ਕਮਿਸ਼ਨ ਦੇ ਪ੍ਰਧਾਨ ਨੇ ਸੋ ਐਸਜੀਪੀਸੀ ਤੇ ਅਕਾਲੀ ਦਲ ਨੇ ਜਿੱਥੇ ਸੀਐਮ ਦੇ ਵੱਲੋਂ ਬਿਆਨ ਦਿੱਤੇ ਜਾਣ ਦਾ ਐਲਾਨ ਕੀਤਾ ਜਾਂਦਾ ਵਿਰੋਧ ਕੀਤਾ ਉੱਥੇ ਹੀ ਐਸਜੀਪੀਸੀ ਦੀ ਕਾਰਜਕਾਰੀ ਕਾਰਜਕਾਰਨੀ ਦੇ ਇੱਕ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਦੇ ਬਿਆਨ ਦਾ ਸਵਾਗਤ ਕੀਤਾ ਪਰ ਉਹਨਾਂ ਨਾਲ ਇਹ ਵੀ ਕਿਹਾ ਹੈ ਕਿ ਬਿਆਨ ਵੋਟਾਂ ਤੱਕ ਸੀਮਿਤ ਨਾ ਰਹੇ ਚੋਣਾਂ ਦੀ ਪੂਰੀ ਪ੍ਰਕਿਰਿਆ ਨੂੰ ਅਖੀਰ ਤੱਕ ਨੇਪਰੇ ਚਾੜਿਆ ਜਾਵੇ ਕਿਉਂਕਿ ਹੁਣ ਬਹੁਤ ਜ਼ਰੂਰੀ ਹੋ ਚੁੱਕਿਆ ਹੈ ਕਿ ਚੋਣਾਂ ਹੋਣ ਮੌਜੂਦਾ ਕਮੇਟੀ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਨੇ ਮੈਂਬਰਾਂ ਦੇ ਪਰਿਵਾਰਿਕ ਮੈਂਬਰ ਤੱਕ ਗੁਰਦੁਆਰਿਆਂ ਦੀ ਦੁਰਵਰਤੋਂ ਕਰ ਰਹੇ ਨੇ ਤੇ ਸੰਗਤ ਚਾਹੁੰਦੀ ਹੈ ਕਿ ਚੰਗੇ ਲੋਕ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਿੱਸਾ ਬਣ ਮੈਂ ਇਹਦਾ ਸਵਾਗਤ ਕਰਦਾ ਹਾਂ ਬਲਕਿ ਅਸੀਂ ਤਾਂ ਇਹ ਕਹਿ ਰਹੇ ਹਾਂ ਕਿ ਇਹ ਬਹੁਤ ਜਿਹੜਾ ਲੇਟ ਜਿਹੜਾ ਸ਼ੁਰੂ ਕੀਤਾ ਗਿਆ ਕਿਉਂਕਿ ਇਹ ਜਿਹੜੀਆਂ ਚੋਣਾਂ ਨੇ ਬਹੁਤ ਦੇਰ ਤੋਂ ਡਿਊਜ਼ ਨੇ ਪਰ ਨਾਮ ਇਹ ਨੂੰ ਇਹ ਆ ਕਿ ਕਲਾ ਵੋਟਾਂ ਤੱਕ ਹੀ ਸੀਮਿਤ ਨਾ ਰਹੇ ਜਿਹੜਾ ਇਲੈਕਸ਼ਨ ਦਾ ਪ੍ਰੋਸੈਸ ਹੈ ਉਹਨੂੰ ਪੂਰਾ ਇਹ ਨੇਪਰੇ ਚਾੜਨਾ ਚਾਹੀਦਾ ਜਿਸ ਤਰੀਕੇ ਦੇ ਨਾਲ ਗੁਰਦੁਆਰਿਆਂ ਦੇ ਉੱਤੇ ਉਹਨਾਂ ਨੇ ਆਪਣਾ ਇੱਕ ਸਿੱਕਾ ਜਮਾਇਆ ਹੋਇਆ ਹੈ ਮੈਂਬਰਾਂ ਦੇ ਪਰਿਵਾਰਕ ਮੈਂਬਰਾਂ ਨੇ ਜਿਹੜਾ ਗੁਰਦੁਆਰਿਆਂ ਨੂੰ ਆਪਣੇ ਜਿਹੜੀ ਵਰਤੋਂ ਕਰ ਰਹੇ ਨੇ ਦੁਰਵਰਤੋਂ ਕਰ ਰਹੇ ਨੇ ਇਸ ਵਕਤ ਸੰਗਤ ਚਾਹੁੰਦੀ ਹੈ ਕਿ ਚੰਗੇ ਗੁਰੂ ਕੇ ਸਿੱਖ ਜਿਹੜੇ ਆ ਸੰਗਤ ਚੁਣੇ ਜੋ ਚੰਗਾ ਪ੍ਰਬੰਧ ਹੋਵੇ ਤੇ ਇਹ ਜਿਹੜੀ ਲੁੱਟ ਹੈ ਜਾ ਇਸ ਤਰ੍ਹਾਂ ਦੇ ਸਿਆਸੀ ਜਿਹੜੇ ਹਰਬੇ ਨੇ ਉਹ ਬੰਦ ਹੋਣੇ ਚਾਹੀਦੇ ਨੇ ਇਹ ਕੁਦਰਤੀ ਗੱਲ ਹੈ ਜੀ ਜਿਨ੍ਹਾਂ ਦੇ ਕੋਲੋਂ ਜਦੋਂ ਖਿਸਕਣਾ ਹੁੰਦਾ ਕੁਝ ਉਹਨਾਂ ਨੂੰ ਤਾਂ ਹੁਣ ਦਖਲ ਦਾ ਜੀ ਲੱਗਣੀ ਆ ਤੇ ਜੇ ਜੇ ਮੁੱਖ ਮੰਤਰੀ ਨੇ ਇਹ ਕਹਿ ਦਿੱਤਾ ਵੋਟਾਂ ਬੰਨ ਗਈਆਂ ਤੇ ਹੋਰ ਕੌਣ ਬਣਾਊਗਾ ਫਿਰ ਦਿਲਜੀਤ ਸਿੰਘ ਜੀ ਮੈਂ ਦੱਸ ਦਵੇ ਇਸ ਤੋਂ ਪਹਿਲਾਂ ਮਈ ਮਹੀਨੇ ਦੇ ਵਿੱਚ 25 ਮਈ ਨੂੰ ਗੁਰਦੁਆਰਾ ਚੋਣ ਕਮਿਸ਼ਨ ਦਾ ਨੋਟੀਫਿਕੇਸ਼ਨ ਆਇਆ ਸੀ ਗੁਰਦੁਆਰਾ ਚੋਣ ਕਮਿਸ਼ਨ ਦੇ ਰਿਟਾਇਰਡ ਜਸਟਿਸ ਐਸ ਐਸ ਸਰ ਚੀਫ ਕਮਿਸ਼ਨਰ ਨੇ ਜਿਹੜੇ ਉਹਨਾਂ ਨੇ ਪੰਜਾਬ ਦੇ ਮੁਖ ਸਕੱਤਰ ਵਿਧਿਕ ਸਕੱਤਰ GRAV ਵਿਭਾਗ ਸੂਬੇ ਦੇ ਸਾਰੇ ਡੀਸੀਆਂ ਨੂੰ ਨਿਰਦੇਸ਼ ਜਾਰੀ ਕਰਕੇ ਹਦਾਇਤਾਂ ਦਿੱਤੀਆਂ ਸੀ ਕਿ ਛੇਤੀ ਤੋਂ ਛੇਤੀ ਐਸਜੀਪੀਸੀ ਚੋਣਾਂ ਲਈ ਵੋਟਰਾਂ ਦੀ ਲਿਸਟ ਤਿਆਰ ਕੀਤੀ ਜਾਵੇ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਸਿੱਖ ਗੁਰਦੁਆਰਾ ਐਕਟ ਦੀ 125 ਦੀ ਧਾਰਾ 48 ਸੈਕਸ਼ਨ 49 ਦੀਨ ਵੋਟਰਾਂ ਦੀ ਲਿਸਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਨੇ ਸ਼੍ਰੀ ਅਕਾਲਤਖਬ ਦੇ ਸ ਨੇ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਨਜ਼ਰਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਅਤੇ ਹੋਰ ਸਿੱਖ ਕੈਦੀਆਂ ਦੇ ਪਰਿਵਾਰਕ ਮੈਂਬਰਾਂ ਤੇ ਵਕੀਲਾਂ ਨੂੰ ਮੁਲਾਕਾਤ ਦੀ ਇਜਾਜ਼ਤ ਨਾ ਦੇਣ ਤੇ ਇਤਰਾਜ਼ ਪ੍ਰਗਟ ਕੀਤਾ ਹੈ ਜਥੇਦਾਰ ਨੇ ਕਿਹਾ ਕਿ ਡਿਬਰੂਗੜ ਜੇਲ੍ਹ ਵਿੱਚ ਬੰਦ ਪਾਈ ਅਮਰਿਤਪਾਲ ਸਿੰਘ ਤੇ ਸਾਥੀਆਂ ਦੇ ਵੱਲੋਂ ਸਰਕਾਰਾਂ ਦੇ ਵਤੀਰੇ ਤੋਂ ਦੁਖੀ ਹੋ ਕੇ ਆਪਣੇ ਹੱਕਾਂ ਦੇ ਲਈ ਸ਼ੁਰੂ ਕੀਤੀ ਭੁੱਖ ਹੜਤਾਲ ਜਿਹੜੀ ਹੈਗੀ ਹੈ ਉਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਬੇहद ਦੁਖਦਾਈ ਹੈ ਜਥੇਦਾਰ ਨੇ ਕਿਹਾ ਕਿ ਅਮਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਤੇ ਉਨ੍ਹਾਂ ਦੇ ਵਕੀਲ ਨੂੰ ਮੁਲਾਕਾਤ ਦੀ ਲੋੜਿੰਦੀ ਇਜਾਜ਼ਤ ਨਾ ਦੇਣਾ ਠੀਕ ਨਹੀਂ ਹੈ ਜਥੇਦਾਨੇ ਐਸ.ਪੀ.ਸੀ ਨੂੰ ਵੀ ਇਹ ਮਸਲਾ ਤੁਰੰਤ ਮੁੱਖ ਮੰਤਰੀ ਪੰਜਾਬ ਕੋਲ ਚੁਕੰਨ ਦਾ ਹੁਕਮ ਦਿੱਤਾ ਹੈ ਤਾਂ ਜੋ ਸਰਕਾਰ ਡੀ.ਸੀ. ਅਮ੍ਰਿਤਸਰ ਨੂੰ ਲੋੜਿੰਦੀਆਂ ਹਦਾਇਤਾਂ ਦੇਵੇ ਉਦੋਂ ਐਸ.ਪੀ.ਸੀ ਨੇ ਵੀ ਇਸ ਮਾਮਲੇ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੱਸਿਆ ਹੈ ਜੀ.ਵੀ.ਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਸ਼੍ਰਮਣੀ ਕਮੇਟੀ ਵੱਲੋਂ ਪਹਿਲਾਂ ਤੋਂ ਹੀ ਕਾਨੂੰਨੀ ਸਹਿਯੋਗ ਦੇ ਰਹੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੂੰ ਲੋੜਿੰਦੀ ਕਾਰਵਾਈ ਲਈ ਕਹਿ ਦਿੱਤਾ ਗਿਆ ਜੋ ਅਮ੍ਰਿਤਸਰ ਦੇ ਡੀ.ਸੀ ਨੂੰ ਛੇਤੀ ਮਿਲਣ ਜੇਲ੍ਹ ਦੇ ਵਿੱਚ ਅਣਮਿੱਥੇ ਸਮੇਂ ਦੇ ਲਈ ਦੂਜੀ ਵਾਰੀ ਭੁੱਖ ਹੜਤਾਲ ਸ਼ੁਰੂ ਕੀਤੀ ਹੈ ਤੇ ਅਮਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਵੀ ਪਤੀ ਦੀ ਹਮਾਇਤ ਵਿੱਚ ਜੇਲ੍ਹ ਦੇ ਕੋਲ ਭੁੱਖ ਹੜਤਾਲ ਕਰ ਰਹੀ ਹੈ ਇਹ ਭੁੱਖ ਹੜਤਾਲ ਉਹਨਾਂ ਦੇ ਵੱਲੋਂ ਚੁਣੇ ਹੋਏ ਵਕੀਲ ਰਾਜਦੇਵ ਸਿੰਘ ਖਾਲਸਾ ਨੂੰ ਮਿਲਣ ਨਾ ਦੇਣ ਦੇ ਵਿਰੋਧ ਵਿੱਚ ਕੀਤੀ ਗਈ ਹੈ ਦੂਜੇ ਪਾਸੇ ਅੰਮ੍ਰਿਤਸਰ ਦੇ ਡੀਸੀ ਅਮਿਤ ਤਲਵਾੜ ਨੇ ਕਿਹਾ ਕਿਉਂਕਿ ਸਾਰਾ ਇਲਜ਼ਾਮ ਡੀਸੀ ਤੇ ਲੱਗ ਰਿਹਾ ਹੈ ਡੀਸੀ ਨੇ ਹੀ ਮੁਲਾਕਾਤਾਂ ਦਾ ਪ੍ਰਬੰਧ ਕਰਵਾਉਣਾ ਹੁੰਦਾ ਹੈ ਅੰਮ੍ਰਿਤਸਰ ਦੇ ਡੀਸੀ ਨੇ ਤੇ ਉਹਨਾਂ ਨੇ ਜਵਾਬ ਦਿੱਤਾ ਹੈ ਕਹਿੰਦੇ ਕੈਦੀਆਂ ਨੂੰ ਉਹਨਾਂ ਦੀ ਇੱਛਾ ਦੇ ਵਕੀਲ ਨੂੰ ਮਿਲਣ ਦੀ ਪੂਰੀ ਇਜਾਜ਼ਤ ਹੈ ਅਮਰਿਤਪਾਲ ਸਿੰਘ ਪਹਿਲਾ ਐਡਵੋਕੇਟ ਨਵਕਰਨ ਸਿੰਘ ਨੂੰ ਮਿਲ ਚੁੱਕੇ ਨੇ ਤੇ ਨਵੇਂ ਵਕੀਲ ਨੂੰ ਮਿਲਣ ਵਾਲਾ ਸਾਰਾ ਮਾਮਲਾ ਗਰੇਸ ਕੱਤਰ ਨੂੰ ਭੇਜ ਦਿੱਤਾ ਗਿਆ ਹੈ ਉਧਰ ਅੰਮ੍ਰਿਤਪਾਲ ਦੇ ਮਾਤਾ ਬਲਵਿੰਦਰ ਕੌਰ ਨੇ ਵੀ ਸਿੱਖ ਪੰਥ ਨੂੰ ਇਸ ਮਸਲੇ ਦੇ ਵਿੱਚ ਸਾਥ ਦੇਣ ਦੀ ਅਪੀਲ ਕੀਤੀ ਹੈ ਮੇਰੀ ਸਾਰੀ ਸੰਗਤ ਨੂੰ ਹੱਥ ਜੋੜ ਕੇ ਅਪੀਲ ਆ ਕਿ ਭਾਈ ਸਾਹਿਬ ਹੁਣ ਕਈ ਦਿਨ ਤੋਂ ਭੁੱਖ ਹੜਤਾਲ ਤੇ ਬੈਠੇ ਆ ਤੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਉਹਨਾਂ ਦੇ ਵਕੀਲ ਗਏ ਸੀ ਰਾਜਦੇਵ ਖਾਲਸਾ ਵੀ ਉਹਨਾਂ ਨੂੰ ਵੀ ਉੱਥੇ ਦੋ ਦਿਨ ਖੱਜਲ ਖਰਾਬ ਹੋਣਾ ਪਿਆ ਤੇ ਮਿਲਣ ਨਹੀਂ ਦਿੱਤਾ ਕਉ ਕਿ ਉਹਨਾਂ ਨੇ ਜੇ ਵਕੀਲਾ ਨੂੰ ਮਿਲਣਾ ਦੇਣਗੇ ਤੇ ਕੇਸ ਦੀ ਪੈਰਵਾਈ ਕਿੱਦਾਂ ਹੋਊਗੀ ਬਾਕੀ ਅਹੀਂ ਵੀ ਗਏ ਸੀ ਤੇ ਸਾਨੂੰ ਵੀ ਕਈ ਪਰਿਵਾਰਾਂ ਨੂੰ ਵੀ ਮਿਲਣ ਨਹੀਂ ਦਿੱਤਾ ਮੇਰੀ ਪੋਤੀ ਸੀ 7 ਸਾਲ ਦੀ ਗਈ ਉਹਨਾਂ ਵੀ ਇਹਨਾਂ ਨੇ ਮਿਲਣ ਦਿੱਤਾ ਤੇ ਜਿਹੜਾ ਅਮਰਸਰ ਵਾਲਾ ਡੀਸੀ ਆ ਬਹੁਤ ਜ਼ਿਆਦਾ ਵਧੀ ਕੀ ਕਰਨ ਡਿਆ ਵਾ ਕਿਉਂਕਿ ਉਹ ਕੋਈ ਸੁਣਵਾਈ ਨਹੀਂ ਕਰਦਾ ਬਾਕੀ ਇਹ ਵਾ ਕਿ ਸਾਰੀ ਸੰਗਤ ਨੂੰ ਅਪੀਲ ਆ ਵੀ ਆਪਾਂ ਇਕੱਠੇ ਹੋਈਏ ਛੇ-7 ਮਹੀਨੇ ਉਹਨਾਂ ਨੂੰ ਅੰਦਰ ਹੋ ਗਿਆ ਅਜੇ ਤੱਕ ਉਹਨਾਂ ਦਾ ਕੋਈ ਮਸਲਾ ਹੱਲ ਨਹੀਂ ਹੋਇਆ ਕੋਈ ਕੇਸ ਨਹੀਂ ਲੱਗਾ ਤੇ ਸਾਰੀ ਸੰਗਤ ਨੂੰ ਅਪੀਲ ਆ ਵੀ ਆਪਾਂ ਇਕੱਠੇ ਹੋ ਕੇ ਡੀਸੀ ਨੂੰ ਮਿਲੀਏ ਕਿ ਇਹ ਕੀ ਹੱਲ ਕਾਇਦਾ ਕਿਹੜਾ ਹੱਲ ਨਿਕਲਦਾ ਵਾ ਤੇ ਕਿਉਂਕਿ ਉਹਨਾਂ ਨੂੰ ਬੜਾ ਦਿਮਾਗੀ ਤੌਰ ਤੇ ਤੇ ਮਾਨਸਿਕ ਤੌਰ ਤੇ ਇਹਨਾਂ ਨੂੰ ਜਿਹੜਾ ਟੌਰਚਰ ਕੀਤਾ ਜਾ ਰਿਹਾ ਭਾਈ ਸਭ ਉਹਨਾਂ ਨੂੰ ਉਹ ਉੱਥੇ ਪਰੇਸ਼ਾਨ ਹੋ ਪਹਿਲੀ ਗੱਲ ਤੇ ਉਹਨਾਂ ਨੂੰ ਇੱਥੇ ਪੰਜਾਬ ਦੀਆਂ ਜੇਲਾਂ ਚੱਲਿਆਂ ਦਾ ਜਾਵੇ ਤੇ ਜੇ ਨਹੀਂ ਤੇ ਜੋ ਵੀ ਪੈਰਵਾਈ ਬਣਦੀ ਹੈ ਕੀਤੀ ਜਾਵੇ ਤੇ ਹਾਂ ਅਸੀਂ ਇਕੱਠੇ ਹੋ ਸਾਰੇ ਪਰਿਵਾਰਾਂ ਨੂੰ ਬੇਨਤੀ ਜਿੰਨੇ ਵੀ ਸਿੰਘ ਅੰਦਰ ਵਾ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਕੈਦੀ ਪ੍ਰਧਾਨ ਪਰਮਜੀਤ ਸਿੰਘ ਸਰਣਾ ਨੇ ਵੀ ਡਿਬਰੂਗਾਟ ਜੇਲ੍ਹ ਦੇ ਵਿੱਚ ਨਜ਼ਰਬੰਦ ਸਿੱਖਾਂ ਦੇ ਪਰਿਵਾਰਾਂ ਤੇ ਵਕੀਲਾਂ ਨੂੰ ਮੁਲਾਕਾਤ ਤੋਂ ਰੋਕਣ ਨੂੰ ਮੰਨਪਾਗਾ ਦੱਸਿਆ ਉਹਨਾਂ ਕਿਹਾ ਕਿ ਭਾਰਤ ਦੇ ਸੰਵਿਧਾਨ ਵਿੱਚ ਹਰੇਕ ਨਾਗਰਿਕ ਦੇ ਮੌਲਿਕ ਹੱਕਾਂ ਨੂੰ ਸੁਰੱਖਿਅਤ ਰੱਖਿਆ ਗਿਆ ਜਦੋਂ ਤੱਕ ਕਿਸੇ ਵੀ ਵਿਅਕਤੀ ਤੇ ਅਦਾਲਤ ਵਿੱਚ ਦੋਸ਼ ਸਾਬਿਤ ਨਹੀਂ ਹੋ ਜਾਂਦਾ ਉਦੋਂ ਤੱਕ ਉਸ ਵਿਅਕਤੀ ਨੂੰ ਨਾ ਸਕਦਾ ਨਹੀਂ ਉਸਨੂੰ ਦੋਸ਼ੀ ਸਮਝਿਆ ਜਾਣਾ ਚਾਹੀਦਾ ਇਸੇ ਤਰ੍ਹਾਂ ਹੀ ਸਾਡੇ ਸੰਵਿਧਾਨ ਦੇ ਆਰਟੀਕਲ 22 ਰਾਹੀਂ ਕਿਸੇ ਵੀ ਬੰਦੀ ਨੂੰ ਆਪਣੇ ਵਕੀਲ ਨੂੰ ਮਿਲਣ ਤੇ ਸਲਾਮ-ਮਸ਼ਵਰਾ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ ਉਹਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਤੱਕੇ ਸ਼ਾਹੀ ਵੱਲ غور ਕਰਦਿਆਂ ਬਿਨਾਂ ਕਿਸੇ ਦੇਰੀ ਦੇ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਪੰਜਾਬ ਦੀ ਕਿਸੇ ਹੋਰ ਜੇਲ੍ਹ ਦੇ ਵਿੱਚ ਯਾਨਕੀ ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚ ਤਬਦੀਲ ਕਰਨ ਤੇ ਉਹਨਾਂ ਸਾਰੇ ਨੌਜਵਾਨਾਂ ਨੂੰ ਆਪਣੇ ਵਕੀਲਾਂ ਦੇ ਨਾਲ ਮਿਲਣ ਦੀ ਪੂਰੀ ਇਜਾਜ਼ਤ ਹੋਣੀ ਚਾਹੀਦੀ ਹੈ ਤਾਂ ਜੋ ਆਪਣੇ ਕੇਸਾਂ ਦੀ ਸਹੀ ਪੈਰਵਾਈ ਕਰਵਾ ਸਕਣ ਕੈਨੇਡਾ ਦੇ ਸਰੀ ਦੇ ਵਿੱਚ ਜੂਨ ਮਹੀਨੇ ਚ ਖਤਮ ਕੀਤੇ ਗਏ ਭਾਈ ਹਰਦੀਪ ਸਿੰਘ ਨਿੱਜਰ ਮਾਮਲੇ ਤੇ ਅਮਰੀਕੀ ਰਾਸ਼ਟਰਪਤੀ ਦੀ ਸਰਕਾਰੀ ਰਿਹਾਈਸ਼ ਵਾਈਟ ਹਾਊਸ ਤੋਂ ਬਿਆਨ ਸਾਹਮਣੇ ਆਇਆ ਹੈ ਵਾਈਟ ਹਾਊਸ ਨੇ ਕਿਹਾ ਕਿ ਭਾਰਤ ਦੀ ਸ਼ਮੂਲੀਅਤ ਦੇ ਕੈਨੇਡਾ ਦੇ ਜਿਹੜੇ ਦੋਸ਼ ਲਾਏ ਗਏ ਨੇ ਉਹ ਗੰਭੀਰ ਨੇ ਇਸ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਲੋੜ ਹੈ ਯਾਨੀ ਕਿ ਅਮਰੀਕਾ ਨੇ ਕੈਨੇਡਾ ਦੇ ਹੱਕ ਵਿੱਚ ਆਪਣੇ ਉਸੇ ਬਿਆਨ ਨੂੰ ਫੇਰ ਦੁਹਰਾਇਆ ਹੈ ਵਾਈਟ ਹਾਊਸ ਦੀ ਕੌਮੀ ਸੁਰੱਖਿਆ ਪਰਿਸ਼ਦ ਦੇ ਰਣਨੀਤਿਕ ਸੰਚਾਰ ਦੇ ਕੋਆਰਡੀਨੇਟਰ ਜான் ਕਿਰਬੀ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਕੈਨੇਡਾ ਦੇ ਦਾਅਵਿਆਂ ਤੇ ਉਦੋਂ ਚਰਚਾ ਕੀਤੀ ਗਈ ਸੀ ਜਦੋਂ ਅਤੇ ਅਮਰੀਕੀ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲਿਵਾਨ ਨੇ ਪਿਛਲੇ ਹਫਤੇ ਵਾਸ਼ਿੰਗਟਨ ਦੇ ਵਿੱਚ ਮੁਲਾਕਾਤ ਕੀਤੀ ਸੀ ਅਮਰੀਕਾ ਇਸ ਮਾਮਲੇ ਨੂੰ ਦੋਵਾਂ ਮੁਲਕਾਂ ਤੇ ਛੱਡਦਾ ਹੈ ਕਿ ਉਹ ਇਸ ਬਾਰੇ ਗੱਲ ਕਰਨ ਉਹਨਾਂ ਕਿਹਾ ਕਿ ਅਸੀਂ ਕਈ ਵਾਰੀ ਸਪਸ਼ਟ ਕਰ ਚੁੱਕੇ ਹਾਂ ਕਿ ਦੋਸ਼ ਬਹੁਤ ਗੰਭੀਰ ਨੇ ਇਹਨਾਂ ਦੀ ਪੂਰੀ ਤਰ੍ਹਾਂ ਜਾਂਚ ਕਰਨ ਦੀ ਲੋੜ ਹੈ ਸਪਸ਼ਟ ਤੌਰ ਤੇ ਜਿਵੇਂ ਅਸੀਂ ਪਹਿਲਾਂ ਕਿਹਾ ਹੈ ਭਾਰਤ ਨੂੰ ਇਸ ਜਾਂਚ ਦੇ ਵਿੱਚ ਅਸੀਂ ਸਰਗਰਮੀ ਦੇ ਨਾਲ ਹਿੱਸਾ ਲੈਣ ਦੀ ਅਪੀਲ ਕਰਦੇ ਹਾਂ ਇਸ ਤੋਂ ਪਹਿਲਾਂ ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਵਿਦਾਂਤ ਪਟੇਲ ਨੇ ਵੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਕਾਫੀ ਮਹੱਤਵਪੂਰਨ ਹੈ ਕੈਨੇਡਾ ਦੀ ਜਾਂਚ ਅੱਗੇ ਵਧਣੀ ਚਾਹੀਦੀ ਹੈ ਦੋਸ਼ੀਆਂ ਨੂੰ ਨਿਆਂ ਦੇ ਕਟਾਰੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ ਤੇ ਭਾਰਤ ਨੂੰ ਜਾਂਚ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ already i would say in, in the number of, of times that has come up uh, before the press in, in the past week or so i would just reiterate again we are and continue to be deeply uh, concerned about the uh, allegations referenced by prime minister trudeau and we remain in regular contact with our canadian partners and it's critical that canada's investigation proceed and uh, the perpetrators be brought to justice we also have um, as we've previously said, uh, publicly and privately urged the Indian government to cooperate uh, in the Canadian investigation and uh, uh, cooperate uh, in those efforts. ਹਰਦੀਪ ਸਿੰਘ ਨਿੱਜਰ ਨੂੰ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਖਤਮ ਕਰ ਦਿੱਤਾ ਗਿਆ ਸੀ ਤੇ ਭਾਰਤ ਨੇ 2020 ਦੇ ਵਿੱਚ ਨਿੱਜਰ ਨੂੰ دہشت ਗਰਦ ਘਰਾੜ ਦਿੱਤਾ ਸੀ ਸਾਡੇ ਮੁਲਕ ਦੀਆਂ ਸਰਹੱਦਾਂ ਤੇ ਪੰਜਾਬ ਦੇ ਇੱਕ ਹੋਰ ਫੌਜੀ ਜਵਾਨ ਨੇ ਆਪਣੀ ਸ਼ਹਾਦਤ ਦਿੱਤੀ ਹੈ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡਛਾਜਲੀ ਦਾ ਫੌਜੀ ਜਵਾਨ ਪਰਮਿੰਦਰ ਸਿੰਘ ਕਾਰਗਿਲ ਵਿੱਚ ਸ਼ਹੀਦ ਦੀ ਪਾ ਗਿਆ 25 ਸਾਲ ਦੀ ਉਮਰ ਸੀ ਵਿਆਹ 1 ਸਾਲ ਪਹਿਲਾਂ ਹੀ ਹੋਇਆ ਸੀ 2 ਅਕਤੂਬਰ 2022 ਨੂੰ ਤੇ 3 ਅਕਤੂਬਰ 2023 ਨੂੰ ਪਰਮਿੰਦਰ ਸਿੰਘ ਨੇ ਸ਼ਹਾਦਤ ਪ੍ਰਾਪਤ ਕਰ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਪ੍ਰਗਟ ਕਰਦਿਆਂ ਲਿਖਿਆ ਕਿ ਸੰਗਰੂਰ ਜ਼ਿਲ੍ਹੇ ਦੇ ਪਿੰਡ ਛਾਜਲੀ ਦੇ ਫੌਜੀ ਜਵਾਨ ਪਰਮਿੰਦਰ ਸਿੰਘ ਦੇ ਕਾਰਗਿਲ ਵਿੱਚ ਸ਼ਹੀਦ ਹੋਣ ਦੀ ਖਬਰ ਮਿਲੀ ਸ਼ਹੀਦ ਜਵਾਨ ਦੇ ਦੇਸ਼ ਲਈ ਹੌਸਲੇ ਨੂੰ ਸਲਾਮ ਕਰਦਾ ਪਰਿਵਾਰ ਨਾਲ ਦਿਲੋਂ ਹਮਦਰਦੀ ਹੈ ਇਸ ਸੌਖੀ ਘੜੀ ਵਿੱਚ ਸਰਕਾਰ ਸ਼ਹੀਦ ਦੇ ਪਰਿਵਾਰ ਨਾਲ ਹੈ ਫੌਜੀ ਜਵਾਨ ਪਰਮਿੰਦਰ ਸਿੰਘ ਦੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਵੀ ਪੀੜਤ ਪਰਿਵਾਰ ਦੇ ਨਾਲ ਦੁੱਖ ਜਤਾਇਆ ਹੈ ਪਰਮਿੰਦਰ ਸਿੰਘ 7 ਸਾਲਾਂ ਤੋਂ ਫੌਜ 'ਚ ਆਪਣੀਆਂ ਸੇਵਾਵਾਂ ਦੇ ਰਿਹਾ ਸੀ ਦੂਜਾ ਭਰਾ ਗੁਰਪਿੰਦਰ ਸਿੰਘ ਵੀ ਫੌਜ ਵਿੱਚ ਸੇਵਾਵਾਂ ਨਿਭਾ ਰਿਹਾ ਹੈ ਤੇ ਦੋਵਾਂ ਦਾ ਪਿਤਾ ਗੁਰਜੀਤ ਸਿੰਘ ਵੀ ਫੌਜ ਵਿੱਚੋਂ ਸੇਵਾਮੁਕਤ ਹੈ। ਅਸਾਮ ਦੇ ਸਿੱਕਮ ਵਿੱਚ ਗੁਰਦੁਆਰਾ ਡਾਂਗਮਾਰ ਸਾਹਿਬ ਤੇ ਕਬਜ਼ੇ ਦੀ ਕੋਸ਼ਿਸ਼ ਕੀਤੀ ਗਈ ਹੈ। ਐਸਜੀਪੀਸੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੇ ਇਲਜ਼ਾਮ ਵੀ ਲਾਏ ਨੇ। ਐਸਜੀਪੀਸੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੀਵਾਲ ਨੇ ਕਿਹਾ ਕਿ ਗੁਰਦੁਆਰਾ ਡਾਂਗਮਾਰ ਸਾਹਿਬ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। 2017 ਤੋਂ ਗੁਰਦੁਆਰਾ ਡਾਂਗਮਾਰ ਸਾਹਿਬ ਦਾ ਕੇਸ ਚੱਲ ਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲੈ ਆ ਕੇ ਚੁੰਗ ਥਾਂਗ ਚ ਇੱਕ ਗਲੀ ਵਿੱਚ ਰੱਖ ਕੇ ਬੇਅਦਬੀ ਕੀਤੀ ਗਈ ਹੈ ਕਹਿੰਦੇ ਐਸਜੀਪੀਸੀ ਉਥੋਂ ਦੀ ਸਿੰਘ ਸਭਾ ਕਮੇਟੀ ਦੇ ਜ਼ਰੀਏ ਕੇਸ ਲੜ ਰਹੀ ਹੈ ਪਿਛਲੇ ਦਿਨੀ ਅਦਾਲਤ ਨੇ ਕਿਹਾ ਸੀ ਕਿ ਦੋਵੇਂ ਧਿਰਾਂ ਬੈ ਕੇ ਇਸ ਮਸਲੇ ਨੂੰ ਸੁਲਝਾਉਣ ਪਰ ਫਿਰ ਵੀ ਸਿਆਸੀ ਪ੍ਰਭਾਵ ਵਰਤ ਕੇ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਗਰੇਵਾਲ ਨੇ ਕਿਹਾ ਕਿ ਹਾਲੇ ਤੱਕ ਦੋਵੇਂ ਧਿਰਾਂ ਮਿਲ ਬੈ ਕੇ ਆਪਸ ਦੇ ਵਿੱਚ ਇਸ ਮਸਲੇ ਨੂੰ ਸੁਲਝਾਉਣ ਅਜੇ ਹੀ ਕੋਈ ਕਾਰਵਾਈ ਨਹੀਂ ਹੋਈ ਨਾ ਹੀ ਕਿਸੇ ਨੂੰ ਇਸ ਮਾਮਲੇ ਤੇ ਗੱਲ ਕਰਨ ਲਈ ਬੁਲਾਇਆ ਗਿਆ ਹੈ ਜਿਸ ਤੋਂ ਬਾਅਦ ਕੋਰਟ ਨੇ ਇਸ ਮਾਮਲੇ ਤੇ ਫੈਸਲਾ ਰੱਖਵਾ ਰੱਖ ਲਿਆ ਉਹਨਾਂ ਕਿਹਾ ਕਿ ਅਦਾਲਤ ਦੇ ਫੈਸਲੇ ਮੁਤਾਬਕ 5 9 ਨੂੰ ਤਾਂ ਐਸੇ ਸਾਲ ਫੈਸਲਾ ਰੱਖਵਾ ਹੁੰਦਾ ਤੇ ਸਿੱਕਮ ਦੇ ਮੁੱਖ ਮੰਤਰੀ 26 9 ਨੂੰ ਇਹ ਬਿਆਨ ਦਿੰਦੇ ਨੇ ਕਿ 1 ਇੰਚ ਥਾਂ ਵੀ ਅਸੀਂ ਕਿਸੇ ਨੂੰ ਨਹੀਂ ਦੇਵਾਂਗੇ ਕਹਿੰਦੇ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਐਸਜੀਪੀਸੀ ਨੇ ਮੰਗ ਕੀਤੀ ਹੈ ਕਿ ਮੀਡੀਆ ਵੱਤੋਂ ਵੱਦ ਇਸ ਮਾਮਲੇ ਨੂੰ ਚੁੱਕੇ ਤਾਂ ਜੋ ਸਿੱਖਾਂ ਨਾਲ ਹੋ ਰਿਹਾ ਤੱਕਾ ਬੰਦ ਹੋਵੇ ਕਿਉਂਕਿ ਇਹ ਗੁਰਦੁਆਰਾ ਸਾਹਿਬ ਹੈ ਜਿਹੜਾ ਡਾਂਗਵਰ ਸਾਹਿਬ ਉਹ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਦੀ ਯਾਦ ਨਾਲ ਸੰਬੰਧਿਤ ਹੈ ਪੰਜਾਬ ਸਿਵਲ ਸਕੱਤਰੇ ਦੇ ਮੁੱਖ ਦਵਾਰ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਵੱਡੀ ਤਸਵੀਰ ਸਜੋਬਿਤ ਕੀਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਕਹਿੰਦੇ ਸਕੱਤਰੇ ਦੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਸ਼ਰਦਾ ਭਾਵਨਾ ਨਾਲ ਸ਼੍ਰੀ ਗ੍ਰਾਂਟ ਸਾਹਿਬ ਜਿਦੇ ਫਲਸਫੇ ਤੋਂ ਸਿੱਖਿਆ ਤੇ ਸੇਧ ਲੈ ਕੇ ਆਪਣੇ ਕੰਮਕਾਜ ਤੇ ਲੱਗਣ ਇਸੇ ਮਨੋਰਥ ਨਾਲ ਇਹ ਵੱਡ ਆਕਾਰੀ ਤਸਵੀਰ ਹੈ ਜਿਹੜੀ ਇੱਥੇ ਲਾਈ ਗਈ ਹੈ ਪੰਜਾਬ ਦੇ 3.5 ਕਰੋੜ ਲੋਕਾਂ ਦੇ ਲਈ ਕੰਮ ਕਰਨ ਵਾਲੇ ਸਾਰੇ ਮੁਲਾਜ਼ਮਾਂ ਨੂੰ ਕਹਿੰਦੇ ਗੁਰੂ ਸਾਹਿਬਾਨ ਸਹੀ ਸੋਚ ਤੇ ਸਹੀ ਫੈਸਲੇ ਲੈਣ ਦੀ ਤਾਕਤ ਬਖਸ਼ਦੇ ਰਹਿਣ ਤੇ ਮੁੱਖ ਮੰਤਰੀ ਨੇ ਜਿਹੜਾ ਐਕਸ ਦੇ ਉੱਤੇ ਜਾਣਕਾਰੀ ਦਿੱਤੀ ਹੈ ਉਸ ਤੇ ਸਭ ਤੋਂ ਪਹਿਲਾ ਟਵੀਟ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ कौर ਸਿੱਧੂ ਦਾ ਦੇਖਿਆ ਜਾ ਸਕਦਾ ਹੈ ਉਹਨਾਂ ਨੇ ਲਿਖਿਆ ਕਿ ਬਹੁਤ ਚੰਗਾ ਇਹ ਉਪਰਾਲਾ ਹੈ ਇਹ ਤੋਂ ਸੇਧ ਲੈਣਗੇ ਲੋਕ ਜਿਹੜੇ ਮੁਲਾਜ਼ਮ ਨੇ ਉਹ ਕੰਮ ਕਰਦੇ ਹੋਏ ਤੋਂ ਸੇਧ ਲੈਣਗੇ ਪਰ ਕਹਿੰਦੇ ਤੁਹਾਨੂੰ ਵੀ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੋਗਾ ਐਨੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਤੁਹਾਨੂੰ ਚੁਣ ਕੇ ਭੇਜਿਆ ਪਰ ਕਿਤੇ ਨਾ ਕਿਤੇ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਭੁੱਲ ਕੇ ਆਪਣੇ ਆਪ ਤੇ ਫੋਕਸ ਹੋ ਜਾਂਦੇ ਹੋ ਪਰ ਇੱਕ ਸੁਪਰੀਮ ਪਾਵਰ ਹੈਗੀ ਹੈ ਇੱਕ ਵਾਹਿਗੁਰੂ ਹੈ ਅਕਾਲ ਪੁਰਖ ਹੈ ਜਿਹੜਾ ਹਮੇਸ਼ਾ ਸਾਡੇ ਤੇ ਨਜ਼ਰ ਰੱਖਦਾ ਹੈ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਧੰਨਵਾਦ